ਮਾਈ ਖਾਲਸਾ ਜੀ ਵੀ ਗੱਡੀ ਤਾਂ ਜਾਊਗੀ ਮਾਨਸਾ ਜਾਊਗੀ ਪਿੰਡਾਂ ਵਿੱਚ ਦੀ। ਹਾਂ ਉਹ ਕਹਿੰਦਾ ਹੁਣ ਤਾਂ ਬਹਿ ਗਏ ਸਿੱਖ ਹੁਣ ਨਹੀਂ ਪਿੱਛੇ ਮੁੜਦੇ ਬਹਿ ਗਏ ਖਾਲਸਾ ਜੀ। ਹਾਂ 2.5 ਕਿਲੋ ਤਾਂ ਮੱਖਪੜੀਆਂ ਖਾ ਗਏ ਜੀ ਉਹ। 3.5 ਫਿਲਮਾਂ ਦੇਖ ਗਿਆ। ਮਾਂ ਬਾਬਾ ਜੀ ਪਾਣੀ ਪੀ ਲਓ, ਪਾਣੀ ਦਾ ਮਤਲਬ ਕਾਰਡ ਲਾ ਲਓ। ਹਾਂ ਆਨੰਦ ਹੁੰਦੇ ਹਰਿਆਣਾ ਛੱਡ ਮੇਰੇ ਵਾਲਾ। ਇੱਕ ਕਾਰਡ ਲਵਾਤਾ ਉਹਨੇ ਜੀ। ਮੈਨੂੰ ਕਹਿੰਦਾ ਇੱਕ ਹੋਰ। ਮਾਂ ਨਾ ਜੀ ਬਾਬਾ ਜੀ ਜ਼ਿਆਦਾ ਹੋ ਜੂ ਕੰਮ। ਕਹਿੰਦਾ ਨਾ ਨਾ ਇੱਕ ਹੋਰ ਲਾ। ਧੱਕੇ ਨਾਲ ਲਵਾਤਾ ਮੇਰਾ। ਐਂ ਜੀ ਕਰੇ ਜੀ ਬੱਸ ਨਾਲ ਭੱਜ ਲਾ। ਉੱਠ ਕੇ ਪਤਾ ਨਹੀਂ ਕੀ ਤਾਂ ਕਰੰਟ ਲਈ ਵਰਤਾ ਤੀ ਉਹ। ਆਧਾਰ ਕਾਰਡ ਨੇ ਤਾਂ ਜੀ ਆਏ ਕਰਤੀਆਂ ਪ੍ਰਾਈਵੇਟ ਬੱਸਾਂ। ਜਿਵੇਂ ਅਗਲਾ ਬੁੜੇ ਨੂੰ ਨਹੀਂ ਕਹਿੰਦਾ ਵੀ ਘਰੇ ਸੇਵਾ ਕਰ ਲਓ, ਰਿਹਾ ਤਾਂ ਹੈ ਨਹੀਂ ਇਹ ਚ ਕੁਛ। ਬੁੜੀਆਂ ਤਾਂ ਚੜ੍ਹਦੀਆਂ ਨਹੀਂ, ਚਲੋ ਚੜ੍ਹਦੀਆਂ ਨਹੀਂ। ਜਿਹੜੇ 25% ਆਸ਼ਕ ਚੜ੍ਹਦੇ ਹੁੰਦੇ ਨੇ ਜੀ ਉਹ ਵੀ ਨਹੀਂ ਚੜ੍ਹਦੇ, ਕਹਿਣਗੇ ਚ ਤਾਂ ਹੈ ਨਹੀਂ ਕੁਛ। ਨਹੀਂ ਇੱਕ ਕਨੈਕਟਰ ਬਹੁਤ ਆਉਂਦੇ ਆ ਨਾ ਬਸ ਅੱਗੇ ਹੋ ਜਾਓ ਅੱਗੇ ਹੋ ਜਾਓ ਭਾਵੇਂ ਥਾਂ ਹਾਲੀ। ਹੁਣ ਉਹ ਕੰਮ ਗਿਆ ਜੀ, ਹੁਣ ਤਾਂ ਕਿੱਥੇ ਜੀ, ਉਹ ਤਾਂ ਵਕਤ ਦੀ ਕੋਈ ਟਾਈਮ ਤੀ। ਅੱਗੇ ਹੋ ਜਾਓ ਪਿੱਛੇ ਹੋ ਜਾਓ, ਹੁਣ ਕਿਹਨੂੰ ਕਹਾਂਗੇ ਜੀ। ਉਹ ਤਾਂ ਸੁਪਨ ਹੀ ਰਹਿ ਗਏ ਜੀ। ਜਿਵੇਂ ਉਹ ਕਹਿੰਦਾ ਨਾ ਤਾਂ ਸੁਪਨਾ ਹੋ ਗਈ ਪਾਲੀਏ ਮਿਲਣੋਂ ਵੀ ਰਹਿ ਗਈ ਨਹੀਂ, ਉਹ ਤਾਂ ਸੁਪਨਾ ਹੀ ਰਹਿ ਗਿਆ ਜੀ ਬਸ। ਸੁਪਨਾ ਹੀ ਰਹਿ ਗਿਆ। ਹੁਣ ਤਾਂ ਸਾਡੀਆਂ ਗੱਡੀਆਂ ਚੋਂ ਤਾਂ ਜੀ ਟਾਕੀ ਚੋਂ ਮੁਰਲੀ ਚੋਂ ਲਫਾਫਾ ਚੱਲ ਕੇ ਪਿਛਲੀ ਚ ਉਤਰ ਜਾਂਦਾ ਜੀ। ਇੱਕ ਜਦੋਂ ਕੋਈ ਹੜਤਾਲ ਹੜਤੂਲ ਹੁੰਦੀ ਆ ਜੀ ਰੋਡਵੇਜ਼ ਦੀ, ਉੱਤੇ ਤਾਂ ਫਿਰ ਸਾਰੀ ਰਾਤ ਨਹੀਂ ਸੌਂਦੇ ਜੀ ਅਸੀਂ। ਸੁਪਨੇ ਚ ਸਵਾਰੀ ਅੱਗੇ ਕਰੀ ਜਾਂਦੇ ਪਿੱਛੇ ਕਰੀ ਜਾਂਦੇ, ਚਾਹੇ ਤੜਕੇ ਨੂੰ ਹੜਤਾਲ ਖੁੱਲੇ ਜਾਵੇ ਪਰ ਉਹ ਸਾਰੀ ਰਾਤ ਫੀਲਿੰਗਾਂ ਲਈ ਜਾਂਦੇ ਵੀ ਇੰਨੇ ਪੈਸੇ ਵਰਤ ਲਏ। ਕਦੇ ਉਹਦੀ ਜੇਬ 'ਚ ਪਾਉਂਦੇ ਆ, ਕਦੇ ਉਹਦੀ। ਜੇ ਤੜਕੇ ਦੇਖਦਾ ਵੀ ਹੜਤਾਲ ਵੀ ਖੁੱਲ੍ਹ ਗਈ, ਉਹਨਾਂ ਦਾ ਕੰਪਰੋਮਾਈਜ਼ ਹੋ ਗਿਆ ਸੀ ਨਾ। ਹਾਂ ਲੋਈ ਭਿੱਜ ਗਈ ਮੇਰੀ ਮੀਂਹ 'ਚ। ਮੇਰੇ ਘਰ ਵਾਲੀ ਨੇ ਮੇਰਾ ਸੌਲ ਦੇਤਾ, ਮੈਂ ਸੌਲ ਲੈ ਲਿਆ ਬੱਸ 'ਚ। ਉਹ ਇੱਕ ਮੇਰੇ ਪੈਰ ਤੇ ਪੈਰ ਧਰੀ ਜਾਵੇ ਜਦੋਂ ਨਾ ਹਟਿਓ ਮਾਂ ਮੈਂ ਬੰਦਾ, ਉਹਦਾ ਨਹੀਂ ਪਤਾ ਲੱਗਿਆ ਜੀ ਕਿੱਥੇ ਉਤਰ ਗਿਆ ਕਿੱਥੇ ਨਾ। ਕਿਹਾ ਸਾਡੀ ਗੱਡੀ ਨੂੰ ਤਾਂ ਕਹਿਣਗੇ ਤਾਂ ਦੂਜੀ ਆ, ਜਿਵੇਂ ਆਪਾਂ ਕੈਂਸਰ ਵਾਲੇ ਨੂੰ ਨਹੀਂ ਕਹਿੰਦੇ ਸੀ ਇਹਦਾ ਦੂਜਾ, ਐਂ ਕਹਿੰਦੇ ਨੇ ਤਾਂ ਦੂਜੀ ਆ ਵੀ ਨਾ ਲੈਣ ਤੋਂ ਡਰ ਗਿਆ। ਹਾਂ ਸਾਨੂੰ ਦੇਖ ਕਿਉਂ ਹੀ ਕਰਨ ਤੇ ਫੋਨ ਲਾ ਕੇ ਕਰੀ ਜਾਣਗੇ, ਹੈਲੋ ਹੈਲੋ ਆ ਜਾ ਮੈਂ ਤਾਂ ਅੱਡੇ ਤੇ ਖੜੀ ਆ। ਉਹੀ ਨਾਲੇ ਫੋਨ ਨਹੀਂ ਆਇਆ ਹੁੰਦਾ ਵੀ ਕਿਤੇ ਆਏ ਨਾ ਕਹਿਣ ਵੀ ਇਹ ਚੜੀ ਨਹੀਂ ਹੈਗੀ। ਇੱਕ ਵਾਰੀ ਜਿਹੜੇ ਸ਼ਰਾਬ ਦੇ ਠੇਕੇ ਵਾਲੇ ਹੁੰਦੇ ਨੇ ਇਹਨਾਂ ਦੀ ਸਰਕਾਰੀ ਦੁਬਾਰੇ ਚੱਲਦੀ ਹੁੰਦੀ ਹੈ ਜੀ। ਸਾਈਡ ਪਿੱਛੇ ਉਹ ਬੰਦਾ ਮੇਰੇ ਨਾਲ 3 ਵਾਰੀ ਲੜਨ ਆਇਆ ਜੀ। ਮੇਰਾ ਡਰਾਈਵਰ ਕਹਿੰਦਾ ਦੇਖੀ ਝੱਟ ਇਹਨੂੰ, ਮਹਾ ਕੁਛ ਨਹੀਂ ਹੁੰਦਾ ਤੂੰ ਠੰਡਾ ਰਹਿ। ਉਦੋਂ ਬਾਅਦ ਚ ਉਹ ਮੈਨੂੰ ਪੌੜੀਆਂ ਤੇ ਮਿਲਿਆ ਜੀ ਬੰਦਾ। ਹੁਣ ਉਹ ਪੌੜੀਆਂ ਤੇ ਚੱਲਦਾ ਜੀ, ਕੋਤ ਰੇੜੀ ਜੀ ਤੇ ਜੀ ਐਂ ਕਰਕੇ। ਤੁਸੀਂ ਮਤਲਬ ਉਹਦੇ ਲੜ ਪਏ ਤੁਹਾਡੇ ਸਿਰ ਪੈ ਜਾਂਦਾ ਨਾ। ਹਾਂ ਜੀ ਹਾਂ ਉਹ ਸਾਨੂੰ ਰੇੜੀਆਂ ਤੇ ਕਰ ਦਿੰਦੇ ਜੀ। ਇਹ ਕਹਿੰਦੇ ਵੀ ਕਨੈਕਟਰਾਂ ਨੂੰ ਗੱਲ ਤਾਂ ਵਾਲੀ ਹੁੰਦੀ, ਪੋਸਟ ਵਾਲਾ ਖਾਂਦੇ ਨਸ਼ਾ ਨੂੰ ਖਾ ਕੇ ਗਾਲਾਂ ਵਾਲੇ ਕਰਦੇ ਹਨ। ਮੈਨੂੰ ਐਂ ਦੱਸੋ ਜੀ ਖਾਣਾ ਸੌਖਾ ਕਿਤੇ ਕਿਵੇਂ? ਸਾਰੇ ਟੱਬਰ ਦੇ ਕੱਪੜੇ ਆ ਜਾਂਦੇ ਨੇ ਜਦੋਂ ਕਿਲੋ ਲੈਣਾ ਪੈਂਦਾ ਜੀ 6000 ਰੁਪਈਏ ਦਾ। ਅਮਲੀ ਦਾ ਦਿਲ 9-11 ਦੇ ਟਰੈਟ ਦੇ ਟਾਇਰ ਜਿੱਡਾ ਦਿਲ ਹੁੰਦਾ ਜੀ ਅਮਲੀ ਦਾ। ਹਾਂ ਜੀ ਸਭ ਤੋਂ ਵੱਡਾ ਦਿਲ ਹੁੰਦਾ ਉਹ। ਕਿਵੇਂ ਬਾਈ 15 ਦਿਨਾਂ ਬਾਅਦ ਤਾਂ ਲਿਆਉਂਦਾ ਜੀ ਉਹ। 6000 ਰੁਪਇਆ ਪਾੜ ਕੇ ਸਿੱਟੇ ਆਉਂਦਾ ਹੈ ਨਾ ਜੀ। ਜੇ ਕਿਤੇ ਘਰੇ ਦੱਸਦੇ ਵੀ ਉਹ ਮੈਂ ਇੰਨੇ ਖਾ ਗਿਆ, ਉਹਨੂੰ ਘਰੋਂ ਕੱਢ ਦੇਣੀ ਜੀ। ਸੰਘਰਸ਼ ਕਰਿਆ 10ਵੀਂ ਵੀ 5 ਸਾਲਾਂ 'ਚ ਕਰੀ ਆ ਜੀ। ਇੰਨੇ 'ਚ ਤਾਂ ਪਲਾਨ ਪੂਰੀ ਹੋ ਜਾਂਦੀ ਆ MP ਦੀ ਜਾਂ MLA ਦੀ। ਸੰਘਰਸ਼ ਕਰਿਆ ਇਹੋ ਜੀ ਗੱਲ ਨਹੀਂ ਜੀ। ਐਡਾ ਕੀ ਸੰਘਰਸ਼ ਸੀ 10ਵੀਂ ਨਾਲ? ਫਿਰ 70% ਨਾਲ ਪਾਸ ਹੋਇਆ ਤੀ ਜੀ ਲਾਸਟ ਵਾਰੀ 'ਚ। ਕਹਿੰਦਾ ਬਾਈ ਤੁਹਾਡੇ ਮਾਲਕ ਦੇ ਕਿੰਨੀਆਂ ਬੱਸਾਂ ਨੇ? ਹੈਗੀਆਂ ਨੇ 35-40। ਕਹਿੰਦਾ ਉਹ ਤਾਂ ਫੀਮ ਖਾਂਦਾ ਹੋਣਾ ਬਾਈ। ਮਾਂ ਕਾਤੋਂ? ਕਹਿੰਦਾ ਗੋਲੀਆਂ ਤਾਂ ਅਸੀਂ ਖਾਈ ਜਾਂਦਾ ਨਾਲ ਕੁਛ ਹੈ ਨਹੀਂ ਗਾ। ਕਹਿੰਦਾ ਇਹ ਆਪਾਂ ਕਿੱਥੇ ਫਿਰਦੇ ਮਾਂ ਇੰਨੇ ਕੁ ਪੈਸਿਆਂ 'ਚ ਕਿਤੇ ਨੂੰ 100 ਅਰਬ ਲੈ ਜਾਂਗੇ। ਇਹ ਤਾਂ ਪੰਜਾਬ 'ਚ ਆ ਪਿੰਡ ਇਹ। ਉਹ ਆਇਆ ਤੀ ਸੁਪਰਫਾਸਟ ਲੁਧਿਆਣਾ ਜਲੰਧਰ ਰੂਟ ਤੇ, 1.5 ਮਿੰਟ ਦੀ ਸਰਵਿਸ ਆ। ਕਹਿੰਦਾ ਕਮਾਲ ਆ ਯਾਰ ਤੁਹਾਡੀ ਜਮੀ, ਤੁਸੀਂ ਆਏ ਆਰਾਮ ਨਾਲ ਜਾ ਰਹੇ ਹੋ। ਕਹਿੰਦਾ ਸਵਾਰੀਆਂ ਐ ਲੱਗਦਾ ਜਿਵੇਂ ਸਿਕਾਈਆਂ ਹੋਈਆਂ ਹੁੰਦੀਆਂ ਨੇ। ਕਹਿੰਦਾ ਵੀ ਰੋਡ ਤੇ ਕੀ ਵੱਧ ਮਰਦਾ, ਕੁੱਤੇ ਮਰਦੇ ਨੇ ਕਿ ਕੁੱਤੀਆਂ। ਚਲੋ ਸਵਾਰ ਵੀ ਔਖਾ ਸੀ। ਮਾਂ ਰੋਡ ਦੇ ਉੱਤੇ ਕੁੱਤੇ ਮਰਦੇ ਨੇ। ਕਹਿੰਦਾ ਕਿਵੇਂ ਮਰਦੇ ਨੇ? ਕੁੱਤੀ ਤਾਂ ਪਰਲੇ ਪਾਸੇ ਖੜੀ ਹੁੰਦੀ ਆ ਜੀ। ਉਹ ਇਸ਼ਕ ਚੰਨਾ ਹੋਇਆ ਕੁੱਤਾ, ਉਹ ਨਹੀਂ ਦੇਖਦਾ ਵੀ ਮਗਰ ਮੂਹਰੇ ਕੀ ਆ ਕੀ ਨਾ। ਉਹ ਤਾਂ ਕੇਰਾਂ ਪਟਵਾਰੀ ਵਾਂਗੂ ਪੀਤਾ ਸੱਟ ਕੇ ਵਗ ਜਾਂਦਾ ਜੀ। ਤੁਹਾਨੂੰ ਪਤਾ ਫਿਰ ਬਸ ਸਿੱਧੀ ਪਾ ਦਿੰਦਾ ਜੀ ਉਹ ਵਿਚਾਰਾ। ਇਸ ਕੁੱਤੀ ਨਹੀਂ ਮਰੀ ਹੋਈ ਦੇਖੂਗੀ। ਮੈਂ ਸਾਰਿਆਂ ਨੂੰ ਦਿਖਾਇਆ ਕਰਾਂ ਇਹ ਫੋਨ ਕਰਕੇ ਨਾ। ਕੁਝ ਲਿਖਿਆ ਮਨਿੰਦਰਜੀਤ ਸਿੰਘ ਸਿੱਧੂ ਲੋਕ ਆਵਾਜ਼ ਚੈਨਲ। ਮੈਂ ਆਏ ਉੱਤੇ ਆਏ ਕਾਇ ਕਰ ਕਦੇ ਕਰ ਲਾ ਕੀ ਹੋਏ ਤੂੰ ਜਾਣਦਾ? ਮੈਂ ਕਦੇ ਕਰਾ ਮੈਂ ਜਾਣਦਾ, ਸਾਡਾ ਤਾਂ ਰਿਸ਼ਤੇਦਾਰੀ ਵਾਲਾ ਕੰਮ ਆ। ਹਲੇ ਮਿਲੇ ਹੈ ਨਹੀਂ। ਉਧਰੋਂ ਦਾ ਘਰ ਵਾਲੀ ਨੱਚ ਰਹੀ ਹੁੰਦੀ ਆ, ਉਧਰੋਂ ਘਰ ਵਾਲਾ ਕਰੀ ਜਾਂਦਾ ਤੂੰ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ, ਤੇਰੇ ਤੇ ਤੇਰਾ ਯਾਰ ਬੋਲਦਾ। ਉਹ ਪਤੰਦਰ ਇਹਦੇ ਉਹ ਕੀ ਨਿਕਲਣਗੇ? ਤੱਤ ਨਹੀਂ ਦੇਦੇ ਹਨਾ। ਐ ਵੀ ਇਹਦਾ ਕੀ ਨਿਕਲੂਗਾ? ਤੂੰ ਐ ਤਾਂ ਦੇਖ ਲਾ ਵੀ ਤੇਰੇ ਚ ਤੇਰਾ ਯਾਰ ਬੋਲਦਾ। ਉਧਰੋਂ ਉਹ ਕਰੀ ਜਾਂਦੀ ਆ ਪ੍ਰਾਹੁਣਾ ਸੀ। ਚਲੋ ਮੈਂ ਵੀ ਭਾਈ ਪੱਕਾ ਬੰਨ ਕੇ ਸਾਇੰਸ ਵਾਲਾ ਟੀਚਰ ਬਣ ਕੇ ਗਿਆ। ਉਹ ਕਹਿੰਦੇ ਸਾਡਾ ਪ੍ਰਾਹੁਣਾ ਅੰਗਰੇਜ਼ੀ ਬੋਲੂਗਾ, ਉਹ ਅੰਗਰੇਜ਼ੀ ਬੋਲੂਗਾ ਤੂੰ ਸਮਝ ਕੇ ਸਾਨੂੰ ਦੱਸੀ ਜਾਈ। ਉਹ ਤਾਂ ਭਾਈ ਅਸੀਂ ਤਾਂ ਪਾਣੀ ਪੂਣੀ ਛੜਕਿਆ, ਤੋ ਭਾਂਤਾ ਮੀਟ ਬਣਾਇਆ ਜੀ, ਉਹਦੇ ਵਾਸਤੇ ਵੀ ਪ੍ਰਾਹੁਣਾ ਜੀ ਆਉਣਗੇ, ਕਾਕਾ ਜੀ ਆਉਣਗੇ। ਚਲੋ ਭਾਈ ਕਿਉਂ ਕਹਿੰਦੇ ਸਾਡਾ ਪ੍ਰਾਹੁਣਾ ਵੜਦਾ ਅੰਗਰੇਜ਼ੀ। ਮਾਂ ਹਾਂ ਕਹਿੰਦਾ ਯਾਰ ਤੁਸੀਂ ਤਾਂ ਬੈਕਵਰਡ ਹੋ। ਕਹਿੰਦੇ ਕੀ ਕਹਿੰਦਾ? ਮਾਂ ਕਹਿੰਦਾ ਵੀ ਵਧੀਆ ਤੁਸੀਂ ਤਾਂ ਆਈ ਕਹਿ ਲਾ ਪਿਆ। ਉਹਨਾਂ ਨੂੰ ਤਾਂ ਕੀ ਦੱਸਣਾ ਸੀ, ਲੋਕਾਂ ਨੂੰ ਵੀ ਚਾਹ ਹੁੰਦਾ ਸੀ ਦੇਖਣ ਨੂੰ ਵੀ ਬਾਹਰੋਂ ਆਇਆ ਕਿ ਨਹੀਂ ਕਹੇ ਜਾਊਗਾ। ਚਲੋ ਚੈਨੀ ਕਦੇ ਮੂੰਹ ਚ ਪਾ ਲਿਆ ਕਰੇ, ਕਦੇ ਕੱਟ ਲਿਆ ਕਰੇ, ਕਦੇ ਪਾ ਲਿਆ ਕਰੇ। ਮੈਂ ਪੁੱਛੀ ਨੀ ਭਾਈ। ਉਹਨੇ ਗੁੱਸੇ ਚ ਹੋਰ ਤਾਂ ਕੀ ਕਹਿਣਾ ਸੀ, ਕਹਿੰਦਾ ਐਜੂਕੇਸ਼ਨ ਦੀ ਘਾਟ ਆ। ਉਹਨਾਂ ਨੇ ਦੋ ਕੜਸੀਆਂ ਭਰ ਕੇ ਨੂਣ ਦੀਆਂ ਪਾਤੀਆਂ ਜੀ। ਕਹਿੰਦੇ ਵੀ ਨੂਣ ਘੱਟ, ਕਹਿੰਦਾ ਤਾਂ ਕਰਤਾ ਖਾਰਾ ਮੀਟ ਜੀ। ਅੱਛਾ ਜਦੋਂ ਹੱਥ ਪੁੰਜਣ ਵਾਸਤੇ ਕਹਿੰਦਾ ਨਾਪਕਿਨ ਪੇਪਰ ਸਾਡੇ ਪਿੰਡ ਵਾਲੇ ਕਹਿੰਦੇ ਮਾਰਚ ਚ ਹੋਣਗੇ ਜੀ। ਉਹ ਮਾਂ ਹੱਥ ਪੁੰਜਣ ਨੂੰ ਮੰਗਦਾ, ਪੇਪਰ ਕਾਹਨੂੰ ਪੁੱਛਦਾ ਏ ਸਾਨੂੰ। ਇੱਕ ਆਸ਼ਕ ਭਾਜੀ ਚੜੇ 2000 ਦਾ ਨੋਟ ਫੜਾਤਾ ਜੀ ਉਹਨੇ ਮੈਨੂੰ। ਅੱਛਾ ਨਾਲ ਉਹਦੇ ਲੇਡੀਜ਼ ਬੈਠੀ। ਜਦੋਂ 2000 ਦਾ ਨੋਟ ਫੜਾਤਾ ਮੈਂ ਬਈ ਖੁੱਲੇ ਦੇ ਦੇ ਯਾਰ। ਕਹਿੰਦਾ ਖੁੱਲੇ ਕਿੱਥੇ, ਦੂਏ ਵੱਡੇ ਵੱਡੇ ਨੇ। ਮੈਂ ਵੀ ਬਕਾਇਆ ਲਿਖਤਾ ਜੀ ਉਹਦੇ ਪਿੱਛੇ। ਕਦੇ ਨੋਟ ਪੈਸੇ ਕੱਢ ਲਿਆ ਕਰੇ, ਕਦੇ ਪਾ ਲਿਆ ਕਰੇ। ਨਿਗਾਹ ਮੇਰੀ ਵੀ ਉਹਦੇ ਵਿੱਚ। ਜਦੋਂ ਉਹ ਉਤਰ ਗਈ ਉਹ ਮੈਨੂੰ ਕਹਿੰਦਾ ਭਾਈ ਉਹ ਬਕਾਇਆ ਤਾਂ ਦੇ ਦਿੰਦਾ। ਮੈਂ ਕਿਹਾ ਕੀ ਹੋ ਗਿਆ? ਮਾਂ ਤੂੰ ਤਾਂ ਇਹ ਕਰਦਾ ਜਿਵੇਂ ਸਾਗ ਚੀਰਨੀ ਮਸ਼ੀਨ ਚੱਤ ਆ ਗਿਆ ਹੁੰਦਾ, ਹੁਣ ਤੱਕ ਤਾਂ ਤੂੰ ਬੋਲਿਆ ਨੀ ਹੈਗਾ। ਮੈਨੂੰ ਕਹਿੰਦਾ ਉਹ ਜਵਾਕ ਜਾ ਕਿੱਥੇ ਆ? ਮਾਂ ਤਾਂ ਗਿਆ ਬਈ। ਪਹਿਲਾਂ ਤਾਂ ਜਿਵੇਂ ਇੱਕ ਬੰਦੇ ਕੋਲੇ ਦੋ ਬੱਸਾਂ, ਇੰਗਲੈਂਡ ਦਾ ਪੱਕਾ ਸਮਝ ਲਾ ਉਹਨੂੰ। ਇੱਜ਼ਤਦਾਰ ਵਾਲਾ ਤਾਂ ਹੈ ਨਹੀਂ ਸੀ ਕੋਈ ਕੰਮ, ਪੈਸੇ ਦੇ ਕੇ ਚੜਨਾ ਹੀ ਜੇ ਕਿਸੇ ਨੇ ਚੜਨਾ। ਸਹੀ ਆ। ਹੁਣ ਤਾਂ ਮੈਨੂੰ ਲੱਗਦਾ ਪਾਕਿਸਤਾਨ ਵਾਲਾ ਵੀ ਨਹੀਂ ਰਿਹਾ ਹੈਗਾ ਉਹ। ਲੋਕ ਆਵਾਜ਼ ਟੀਵੀ ਦੇ ਪੌਡਕਾਸਟ ਨਾਲ ਤੁਸੀਂ ਜੁੜੇ ਹੋ। ਮੈਂ ਮਨਿੰਦਰਜੀਤ ਸਿੱਧੂ। ਅੱਜ ਸਾਡੇ ਪੌਡਕਾਸਟ ਦੇ ਵਿੱਚ ਮਹਿਮਾਨ ਹੋਣਗੇ, ਉਹ ਵੀ ਡਰਾਈਵਰ ਕਮ ਕੰਡਕਟਰ ਨੇ। ਭਾਈ ਜੀ ਪਾਤੜਾ ਏਰੀਏ ਤੋਂ ਆਏ ਨੇ, ਬੜਾ ਲੰਮਾ ਸਫ਼ਰ ਤੈਅ ਕਰਕੇ ਆਏ ਨੇ, ਬੱਸ 'ਤੇ ਆਏ ਨੇ। ਅਸੀਂ ਉਹਨਾਂ ਨੂੰ ਦਫ਼ਤਰ ਸੱਦ ਕੇ ਅਸੀਂ ਲੇਟ ਹੋ ਗਏ ਸੀ, ਉਹਦੇ ਲਈ ਅਸੀਂ ਉਹਨਾਂ ਤੋਂ ਮਾਫੀ ਵੀ ਚਾਹੁੰਦੇ ਹਾਂ। ਅਤੇ ਗੱਲਬਾਤ ਕਰਾਂਗੇ ਬਾਈ ਲੱਖੀ ਢਿੱਲੋਂ ਨੇ। ਲੰਮਾ ਸਮਾਂ ਦਾ ਤਜਰਬਾ ਡਰਾਈਵਰੀ ਅਤੇ ਕੰਡਕਟਰੀ ਦਾ, ਕਿਉਂਕਿ ਡਰਾਈਵਰਾਂ ਕੰਡਕਟਰਾਂ ਕੋਲ ਗੱਲਾਂ ਦੇ ਖਜ਼ਾਨੇ ਹੁੰਦੇ ਨੇ। ਇਸ ਕਰਕੇ ਬਾਈ ਨਾਲ ਅਸੀਂ ਸੰਪਰਕ ਕੀਤਾ, ਬਾਈ ਨੇ ਵੀ ਸਾਨੂੰ ਪਹੁੰਚ ਕੀਤੀ ਅਤੇ ਬਾਈ ਅੱਜ ਸਾਡੇ ਸਟੂਡੀਓ ਆਏ ਆ। ਸਵਾਗਤ ਕਰ ਲਈਏ ਪਹਿਲਾਂ। ਬਾਈ ਸਤਿ ਸ਼੍ਰੀ ਅਕਾਲ। ਬਾਈ ਕਿਵੇਂ ਲੱਗਿਆ ਇੱਥੇ ਆ ਕੇ? ਬਹੁਤ ਵਧੀਆ ਲੱਗਿਆ ਜੀ। ਦੇਖਦੇ ਹੁੰਦੇ ਸਾਡੇ ਪ੍ਰੋਗਰਾਮ? ਬਹੁਤ ਜ਼ਿਆਦਾ ਜੀ, ਵੀਡੀਓ ਦੇਖ ਕੇ। ਬਹੁਤ ਔਖਾ ਨੰਬਰ ਲਿਆ ਜੀ। ਇੱਧਰ ਦੇਖਣਾ ਬਾਈ, ਆਹ ਕੈਮਰਾ। ਔਖਾ ਨੰਬਰ ਲਿਆ ਜੀ ਤੁਹਾਡਾ। ਆਏ ਸਲੋਟੋ ਕੱਟ ਆਵੇ ਆਏ ਨਾ ਦੇਖੋ, ਮੇਰੇ ਨਹੀਂ ਦੇਖ ਲਓ ਤਾਂ ਵੀ ਕੋਈ ਚੱਕਰ। ਮੇਰੇ ਨਾਲ ਗੱਲਾਂ ਨੂੰ ਕਰੋ ਠੀਕ ਆ, ਕਿਉਂਕਿ ਬੰਦਾ ਪਹਿਲੀ ਵਾਰੀ ਥਾਂ ਪਤਾ। ਤੇ ਬਾਈ ਮਤਲਬ ਨੰਬਰ ਕਿਵੇਂ ਲੱਭਿਆ? ਨੰਬਰ ਤਾਂ ਜੀ ਪਹਿਲਾਂ ਫੋਨ ਤੇ ਲਾ ਲੂ ਕੇ ਜੀ ਵੀ ਆਹ ਲੋਕ ਆਵਾਜ਼ ਚੈਨਲ ਉਹ ਹਿੰਦੀ ਵਾਲੇ ਬੋਲ ਪਿਆ ਕਰਨਾ। ਪਹਿਲਾਂ ਅੱਧਾ ਅੱਧਾ ਘੰਟਾ ਫੋਨ ਵੀ ਜੀ ਆਇਆ ਜਾਇਆ ਕਰੇ, ਫਿਰ ਹਿੰਦੀ 'ਚ ਬੋਲਿਆ ਕਰਨ। ਫਿਰ ਤੁਹਾਡਾ ਨਾਂ ਲੈ ਕੇ ਉਹ ਕਰਕੇ ਜੀ ਫਿਰ ਕੱਟਿਆ ਆਇਆ। ਫਿਰ ਹਾਂਜੀ ਕਿਵੇਂ ਲੱਭਦੇ ਕਿਵੇਂ ਤੁਸੀਂ? ਪਰ ਲਿਖ ਕੇ ਟਾਈਪ ਕਰਕੇ? ਨਾ ਜੀ ਨਾ, ਬੋਲ ਕੇ ਨਾ ਜੀ। ਇਹ ਤੇ ਗੂਗਲ 'ਤੇ ਜੀ ਆਇਆ। ਹਾਂ ਜੀ। ਅਤੇ ਲਿਖ ਕੇ ਨਹੀਂ ਗਿਆ ਤਾਂ? ਲਿਖ ਕੇ ਵੀ ਕੱਢ ਲੈਂਦੇ ਜੀ ਗੂਗਲ 'ਤੇ ਵੀ, ਬੋਲ ਕੇ ਜਿਵੇਂ ਆਪਾਂ ਆਮ ਕੱਢਦੇ ਹਾਂ ਜੀ। ਕਿਵੇਂ ਬਾਈ ਮਤਲਬ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਡਰਾਈਵਰੀ ਕਰਦੇ ਨੂੰ, ਕੰਡਕਟਰੀ ਕਰਦੇ ਨੂੰ? ਹਾਂ ਜੀ ਮੈਨੂੰ ਤਾਂ ਹੋ ਗਏ ਜੀ 15 ਸਾਲ ਜੀ। 15 ਸਾਲ ਹੋ ਗਏ? ਹਾਂਜੀ ਸਰ। ਇੱਕੋ ਕੰਪਨੀ ਦੇ ਵਿੱਚ ਕਰੀ ਆ ਜੀ, ਗਰਗ ਬੱਸ 'ਚ। ਇੱਕੋ ਮਾਲਕ ਦੀ ਜੀ। ਤੇ ਸਿੱਖੇ ਕਿਹਦੇ ਕੋਲੋਂ ਸੀ? ਸਿੱਖੇ ਵੀ ਉੱਥੇ ਦੀ ਸਾਰਾ ਕੁਝ। ਅੱਛਾ ਹਾਂਜੀ ਸਰ। ਉਧਰ ਜਾਂਦਾ ਕਿਵੇਂ ਮਤਲਬ ਕਨੈਕਟਰੀ ਵਾਲੇ ਪਾਸੇ? ਕਿਵੇਂ ਕਨੈਕਟਰੀ ਵਾਲੇ ਪਾਸੇ ਜੀ? ਜਦੋਂ ਪਹਿਲੇ ਦਿਨ ਗਿਆ, ਪਹਿਲਾਂ ਤਾਂ ਮੇਰੀ ਦਾਦੀ ਲੜੀ। ਕਹਿੰਦੀ ਆਹ ਕਿਹੜੇ ਕੰਮਾਂ 'ਚ ਪੈ ਗਿਆ ਤੂੰ? ਬਹੁਤ ਚੱਲ ਮਾਂ ਦਾਦੀ ਨੂੰ ਆਖਿਆ ਮਾਂ ਕੁਛ ਨਹੀਂ ਹੁੰਦਾ, ਜ਼ਮੀਨਾਂ ਕਢਾਰਾ ਵੜਾ ਨੇ ਵੀ ਵਧੀ ਜਾਣਗੀਆਂ, ਕੰਮ ਤਾਂ ਕਰਨਾ ਹੀ ਪਊਗਾ। ਚਲੋ ਫਿਰ ਉਹ ਤੋਂ ਬਾਅਦ 'ਚ ਹੌਲੀ ਹੌਲੀ ਚੱਲੀ ਗਿਆ ਜੀ ਕੰਮ। ਚਲੀ ਗਿਆ ਅੱਧੀ ਲੜੀ ਹੈ? ਹਾਂ ਜੀ। ਸੰਘਰਸ਼ ਕਰਿਆ। 10ਵੀਂ ਵੀ 5 ਸਾਲਾਂ 'ਚ ਕਰੀ ਆ ਜੀ। ਇੰਨੇ 'ਚ ਤਾਂ ਪਲਾਨ ਪੂਰੀ ਹੋ ਜਾਂਦੀ ਆ MP ਦੀ ਜਾਂ MLA ਦੀ। ਸੰਘਰਸ਼ ਕਰਿਆ ਜੀ, ਗੱਲ ਨਹੀਂ ਜੀ। ਐਡਾ ਕੀ ਸੰਘਰਸ਼ ਸੀ 10ਵੀਂ ਨਾਲ? 10ਵੀਂ ਨਾਲ ਫਿਰ 70% ਨਾਲ ਪਾਸ ਹੋਇਆ ਤੀ ਜੀ ਲਾਸਟ ਵਾਰੀ 'ਚ। ਪਹਿਲੇ 4 ਵਾਰੀਆਂ 'ਚ ਕੀ ਬਣਿਆ ਸੀ? ਪਹਿਲਾਂ ਚਾ ਕਦੇ ਔਰ ਉਹ ਕੀ ਕਹਿੰਦੇ ਹੁੰਦੇ ਨੇ ਉਹ ਆ ਜਾਂਦੀ ਤੀ ਰਿਪੇਅਰ ਜੀ। ਕਦੇ ਫਿਰ ਹੋ ਜਾਂਦੇ ਤੀ ਜੀ। ਅੱਛਾ ਜੀ। ਹਾਂ ਜੀ ਹਾਂ ਪੂਰਾ ਇਹੋ ਜਿਹੀ ਗੱਲ ਨਹੀਂ। ਮਤਲਬ ਇਹ ਮਨ 'ਚ ਵੀ 10ਵੀਂ ਕਰਨੀ ਹੈ ਜੀ। ਅੱਛਾ ਐਡਾ ਕੀ ਟਾਰਗੇਟ ਸੀ? ਬਾ ਟਾਰਗੇਟ ਤੁਹਾਨੂੰ ਪਤਾ ਹੀ ਹੈ, ਜਿਹੜਾ ਪਿੱਛੇ ਬਹਿ ਕੇ ਪੜ੍ਹਦਾ ਤੁਹਾਨੂੰ ਪਤਾ ਹੀ ਹੈ ਨਾ ਲੈ ਕੇ ਆਉਂਦਾ ਜੀ ਉਹ ਜਵਾਕ। ਅੱਛਾ ਜੀ। ਹਾਂ ਜ਼ਬਾਨ ਚੱਲਦੀ ਸੀ ਪੂਰੀ ਜੀ। ਜਿਹਦੀ ਜ਼ਬਾਨ ਚੱਲਦੀ ਹੈ 7 ਸਾਲ ਚੱਲਦੇ ਨੇ, ਪਰ ਉਹ 'ਚ ਨਹੀਂ ਪਾਸ ਹੋਈ ਹੈਗੀ। ਉਹ ਜ਼ਬਾਨ ਨੇ ਕੰਮ ਦਿੱਤਾ। ਹਾਂ ਉਹ ਤੋਂ ਬਾਅਦ 'ਚ 70% ਨੰਬਰਾਂ ਨਾਲ ਪਾਸ ਹੋਇਆ ਜੀ। ਇਹੋ ਜਿਹੀ ਗੱਲ ਨਹੀਂ। ਕਿਹੜੇ ਸਕੂਲ 'ਚ ਪੜ੍ਹਦੇ ਸੀ? ਪਿੰਡੇ ਤੀ ਜੀ। ਸਰਕਾਰੀ? ਹਾਂ ਸਰਕਾਰੀ 'ਚ ਵੀ ਪੜ੍ਹਿਆ ਜੀ, ਪ੍ਰਾਈਵੇਟ 'ਚ ਵੀ ਜੀ। ਸਕੂਲ ਵਾਲੇ ਨਹੀਂ ਆਇਆ ਕਿ ਬਸ ਕਰਦਾ ਹੁਣ? ਨਾ ਬਸ ਸਕੂਲ ਵਾਲੇ ਨੂੰ ਇੱਕ ਲਾਣੇਦਾਰ ਕਹਿੰਦਾ ਯਾਰ ਜਾਂ ਤਾਂ ਪੜ੍ਹ ਲਾ, ਕਾਹ ਨੂੰ ਬਾਰ ਬਾਰ ਬੇਇੱਜ਼ਤੀ ਕਰਾਈ ਜਾਂਦਾ। ਮੈਂ ਚੱਲ ਕੋਈ ਨਹੀਂ ਆਈ ਤੀ ਫਿਰ 70% ਨੰਬਰ ਲੈ ਕੇ ਪਾਸ ਹੋਈ ਸੀ। ਅੱਛਾ ਫਿਰ ਉਸ ਤੋਂ ਬਾਅਦ 10ਵੀਂ ਤੋਂ ਗਾਂ ਨਾ 10ਵੀਂ ਤੋਂ ਗਾਂ ਤਾਂ ਫਿਰ ਆ ਦੂਜੀ ਲਾਈਨ ਚ ਪੈ ਗਈ ਕੰਡਕਟਰੀ ਵਾਲੀ ਚ। ਹਾਂ ਜੀ ਉਹ ਇੱਕ ਕੰਡਕਟਰੀ ਵਾਲੀ ਲਾਈਨ ਦੇ ਵਿੱਚ ਆਉਣ ਤੋਂ ਬਾਅਦ ਫਿਰ ਕਿਵੇਂ ਰਿਹਾ ਜ਼ਿੰਦਗੀ? ਜ਼ਿੰਦਗੀ ਵਧੀਆ ਜੀ ਵਧੀਆ ਜ਼ਿੰਦਗੀ ਉਹ ਕਰਦੇ ਆ ਹਾਂ ਵਧੀਆ ਜ਼ਿੰਦਗੀ ਬਤੀਤ ਕਰਦੇ ਆ ਜੀ ਕੋਈ ਇਹੋ ਜਿਹੀ ਗੱਲ ਨਹੀਂ ਨਾ ਜੀ ਨਾ ਪੂਰੀ ਚੜ੍ਹਦੀ ਕਲਾ ਜੀ। ਕੰਡਕਟਰ ਦਾ ਮਤਲਬ ਉੱਥੇ ਫਿਰ ਤੁਹਾਡੇ ਕੋਕਾ ਹੱਕਾ ਦਿੰਦੇ ਆ ਫਿਰ ਪੂਰਾ ਉੱਥੇ ਤੁਸੀਂ ਹਜੇ ਵੀ ਕਰਦੇ ਹੋ ਕੰਡਕਟਰੀ ਕਿ ਹੁਣ? ਨਾ ਨਾ ਕਰਦੇ ਆ ਜੀ ਕੰਡਕਟਰੀ ਛੱਡ ਕੇ ਆਇਆ ਜੀ ਅੱਜ ਕਿਸੇ ਹੋਰ ਦੂਜੇ ਭਾਈ ਨੂੰ ਛੱਡ ਕੇ ਆਇਆ ਜੀ। ਅੱਛਾ ਛੁੱਟੀ ਲੈ ਕੇ ਆਏ? ਹਾਂ ਜੀ ਛੁੱਟੀ ਲੈ ਕੇ ਆਏ। ਤੁਹਾਡੇ ਆਏ ਨਹੀਂ ਹੈ ਨਾ ਮਤਲਬ ਬੰਦਾ ਦੇ ਕੇ ਆਉਣਾ ਪੈਂਦਾ? ਦੇ ਕੇ ਆਉਣਾ ਪੈਂਦਾ ਜੀ ਬਿਲਕੁਲ ਇਹ ਤਾਂ ਗੱਲ ਹੈਗੀ ਡਿਊਟੀ ਪੱਕੀ ਆ। ਹਾਂ ਜੀ ਹਾਂ ਉੱਧਰ ਫਿਰ ਕਿਹੜੇ ਕਿਹੜੇ ਪਿੰਡਾਂ ਜਾਂਦੇ ਆ ਕਿ ਪਿੰਡਾਂ ਜਾਂਦੇ ਬਸ ਕਿ ਸ਼ਹਿਰਾਂ 'ਚ? ਨਾ ਬਲਾਡਾ ਟੂ ਪਟਿਆਲਾ ਜੀ ਬਲਾਡਾ ਬਾਇਆ ਮੂਨਕ ਜਾਖਲ ਬਰੇਟਾ ਬਲਾਡਾ ਜੀ। ਓਕੇ ਹਾਂ ਜੀ ਸਰ ਤੇ ਉਹ ਮਾੜਾ ਉਹ ਤਾਂ ਕਹਿ ਕੇ ਦੱਸ ਸਵਾਰੀਆਂ ਚੜਾਉਣੇ ਸਵਾਰੀਆਂ ਦੀ ਗੱਲ ਦੱਸਣਾ ਸਾਡਾ ਮਾਲਕ ਕੋਲੇ ਬੈਠਿਆ ਸੀ ਇਹ ਕੋਈ ਕਹਿੰਦਾ ਯਾਰ ਤੁਹਾਡੇ ਟਾਈਮ ਕਿਹੜੇ ਨੇ ਆਇਆ ਫਲਾਣਾ ਧਮਕਾ ਮਾਂ ਜਿਹੜੇ ਸਾਡੇ ਟਾਈਮ ਨੇ ਤਾਂ ਉਹ ਤਾਂ ਕਿਹੜੇ ਟਾਈਮ ਹੀ ਨਹੀਂ ਹੈਗੇ। ਹਾਂ ਇੱਕ ਭਾਈ ਸਵਾਰੀ ਕਹਿੰਦੀ ਭਾਈ ਦੇਸੀ ਜਾਂ ਸਵਾਰੀਆਂ ਨੇ ਤੇ ਦੇਸੀ ਜੀ ਆ ਉਹ ਭਾਈ ਮਾਂ ਹਾਂ ਕਹਿੰਦਾ ਭਾਈ ਤੁਹਾਡੇ ਮਾਲਕ ਦੇ ਕਿੰਨੀਆਂ ਬੱਸਾਂ ਨੇ ਹੈਗੀਆਂ ਨੇ 35-40 ਕਹਿੰਦਾ ਉਹ ਤਾਂ ਫੀਮ ਖਾਂਦਾ ਹੋਣਾ ਭਾਈ ਮਾਂ ਕਾ ਤੋਂ ਕਹਿੰਦਾ ਗੋਲੀਆਂ ਤਾਂ ਅਸੀਂ ਖਾਈ ਜਾਂਦਾ ਨਾਲ ਕੁਛ ਹੈ ਨਹੀਂ ਗਾ ਹੋਰ ਉਹਨਾਂ ਨੂੰ ਕੋਈ ਟਾਈਮ ਦੀ ਨਹੀਂ ਹੈਗੀ ਜੇ ਕਿਤੇ ਜਾਮ ਲੱਗ ਗਿਆ ਕਹਿਣਗੇ 15 ਮਿੰਟਾਂ 'ਚ ਠੋਕਿਆ। ਮਤਲਬ ਜਿਹੜੇ ਲੋਕ ਨੇ ਵਧੀਆ ਨੇ ਉਹ ਰੂਟ ਤੇ ਸਾਡੇ ਵਾਲੇ ਤੇ ਜੀ ਟੈਨਸ਼ਨ ਨਹੀਂ ਹੈਗੀ ਵੀ ਕੋਈ ਦਫ਼ਤਰ ਫੋਨ ਕਰ ਦੂਗਾ ਲੇਟ ਹੋ ਗਈ ਹੌਲੀ ਤੋਰੀ ਆ ਇਹਨਾਂ ਨੇ ਜਪਜਾ ਕੇ ਰੱਖੀ ਆ ਬਸ ਆਹ 15 ਬੜੀ ਛੇਤੀ ਠੋਕਿਆ। ਹਲ ਤਾਂ ਫਿਲਮ ਵੀ ਥੋੜੀ ਜਿਹੀ ਦੇਖੀ ਦੀ ਮਾਤਾ ਯਾਰ ਅੱਛਾ ਕਹਿ ਕੇ ਠਾਲਣੇ ਪੈਂਦੇ ਨੇ। ਇੱਕ ਕੁੰਡੀਆਂ ਮੁੱਛਾਂ ਬਾਈ ਆਏ ਸਰਦਾਰ ਮੈਨੂੰ ਕਹਿੰਦਾ ਬਰੇਟੇ ਜਾਊਗੀ ਹੁਣ ਆਏ ਕੌਣ ਕਹਿੰਦਾ ਉਹਦਾ ਮੇਰੇ ਕੁੜੀ ਹੋ ਜੇ ਮੈਂ ਜਾਊਗੀ ਜੀ ਕਹਿੰਦਾ ਨੋਨ ਸਟੋਪ ਆ ਮੈਂ ਬਿਲਕੁਲ ਨੋਨ ਸਟੋਪ ਆ। ਚਲੋ ਭਾਈ ਪਟਿਆਲੇ ਤੋਂ 20 ਮਿੰਟਾਂ 'ਚ ਆ ਗਿਆ ਸੀ ਸਮਾਣੇ 20-25 ਮਿੰਟ ਉਹ ਖਿੱਚ ਕੇ ਆਏ ਉਹਨੇ ਪਿੰਡ ਫੋਨ ਕਰਤਾ ਕਹਿੰਦਾ ਆ ਜਾਓ ਬਈ ਲੈਣ ਤਾਂ ਮੈਂ ਤਾਂ ਆ ਗਿਆ ਘੰਟੇ 'ਚ। ਉਦੋਂ ਬਾਅਦ 'ਚ ਜਮੀ ਅੱਛਾ ਟਰੈਟ ਵੀ ਮੁਰਦੀ ਲੱਗ ਜਾਂਦਾ ਸੀਗਾ ਹਾਂ ਲੋਕਲ ਰੂਟ ਹੋ ਜਾਂਦਾ। ਮੈਨੂੰ ਕਹਿੰਦਾ ਆਹ ਕੀ ਆ ਮਾਲ ਤਾਂ ਮਸ਼ਹੂਰੀਆਂ ਨੇ ਫਿਲਮ ਤਾਂ ਗਾਂ ਚੱਲੂ ਇਹ। ਚਲੋ ਭਾਈ ਉਹਨੇ ਨਾ 3 ਵਾਰੀ ਲੜਿਆ ਜੀ ਉਹ ਦਾਮ ਲੈ ਲੈ ਕੇ ਮੇਰੇ ਨਾਲ। ਹਾਂ ਉਹ ਕੁੜੀ ਕਹਿੰਦੀ ਤਾਂ ਫੇਰ ਵੀ ਤੋਰੀ ਜਾਂਦੇ ਨੇ ਹਲੇ ਇੱਕ ਚ ਹੋਰ ਨਹੀਂ ਚੜਿਆ ਉਹ ਜਮੀ ਹੌਲੀ ਆਉਂਦੀ ਆ। ਉਹ ਕਹਿੰਦਾ ਯਾਰ ਕਮਾਲ ਆ ਕਹਿੰਦਾ ਇਹ ਕੀ ਨੇ ਉਹ ਮਾਂ ਕਹਿੰਦਾ ਇਹ ਆਪਾਂ ਕਿੱਥੇ ਫਿਰਦੇ ਮਾਂ ਇੰਨੇ ਕੁ ਪੈਸਿਆਂ 'ਚ ਕਿਤੇ ਨੂੰ ਸੌਦੀ ਅਰਬ ਲੈ ਜਾਂਗੇ ਇਹ ਤਾਂ ਪੰਜਾਬ 'ਚ ਆ ਪਿੰਡ ਇਹ ਕਹਿੰਦਾ ਬਾਈ ਯਾਰ ਕਮਾਲ ਕਰਦਾ ਤੂੰ ਜਦੋਂ ਨਾ ਲੜਨੋਂ ਹਟਿਆ। ਮਾਂ ਇੱਕ ਗੱਲ ਨੋਟ ਕਰ ਲਈ ਮੇਰੀ ਲਵੋਂ ਦੀ ਕੋਈ ਬੱਸ ਲੰਘੀ ਆ ਕਹਿੰਦਾ ਨਾ ਮਾਂ ਜਦੋਂ ਤੱਕ ਮੈਂ ਹਾਕ ਨਹੀਂ ਮਾਰਦਾ ਸਵਾਰੀ ਉੱਠਦੀ ਆ ਕਹਿੰਦਾ ਯਾਰ ਇਹ ਕਹੇ ਜਿਹੇ ਲੋਕ ਨੇ ਜੰਮੀ ਕਮਾਲ ਕਰਦਾ ਤੂੰ। ਉਹ ਮਾਂ ਬਾਈ ਇੰਨੇ ਇੱਕ ਕਹਿੰਦਾ ਉਹ ਤੂੰ ਤੇਰੇ ਨਾਲ ਸਾ ਕੁੱਟ ਦੂੰ ਮੈਂ ਤੂੰ ਕਹੇ ਜਿਹੇ ਵਾਲੀ ਕਿਹੜੀ ਗੱਲ ਕਰਦਾ। ਉਹ ਕਹਿੰਦਾ ਬਾਈ ਮੈਨੂੰ ਅੱਜ ਲੈ ਜਾ ਮੁੜ ਕੇ ਮੈਂ ਅੱਜ ਤੋਂ ਬਾਅਦ ਨਹੀਂ ਜਾਂਦਾ ਹੈਗਾ। ਉਹ ਆਇਆ ਸੀ ਸੁਪਰਫਾਸਟ ਲੁਧਿਆਣਾ ਜਲੰਧਰ ਰੂਟ ਤੇ 1.5 ਮਿੰਟ ਦੀ ਸਰਵਿਸ ਆ ਕਹਿੰਦਾ ਕਮਾਲ ਆ ਯਾਰ ਤੁਹਾਡੀ ਜਮੀ ਤੁਸੀਂ ਆਏ ਆਰਾਮ ਨਾਲ ਜਾ ਰਹੇ ਹੋ ਕਹਿੰਦਾ ਸਵਾਰੀਆਂ ਇਹ ਲੱਗਦਾ ਜਿਵੇਂ ਸਿਖਾਈਆਂ ਹੋਈਆਂ ਹੁੰਦੀਆਂ ਨੇ। ਚਲੋ ਮੈਂ ਆਖਿਆ ਮੈਂ ਚਲੋ ਭਾਈ ਬਖਸ਼ੀ ਵਾਲਾ ਪਿੰਡ ਪੈਂਦਾ ਜੀ ਚਲੋ ਭਾਈ ਕਾਨਗੜ ਵਾਲੇ ਵੀਰੇ ਚਲੋ ਖੜਾਲ ਬਰੇਟਾ ਇੱਕ ਕਹਿੰਦਾ ਯਾਰ 15 ਮਿੰਟ 'ਚ ਲਿਆ ਕੇ ਠੋਕਿਆ। ਉਹਦੇ ਫਿਲਮ ਦੇਖ ਰਿਹਾ ਸੀ ਉਹ ਫਿਲਮ ਤੋਂ ਗੱਲ ਯਾਦ ਆ ਗਈ ਜੀ ਕਨਿੰਗ ਸਿੰਘ ਚੜ ਗਿਆ ਜੀ ਸਾਡੇ ਨਾਲ। ਅੱਛਾ ਜੀ ਪਟਿਆਲੇ ਤੋਂ ਮਾਨਸਾ ਦਾ ਬੋਰਡ ਦੇਖ ਕੇ ਜੀ ਮੈਂ ਉਹਨੂੰ ਆਖਿਆ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਈ ਖਾਲਸਾ ਜੀ ਵੀ ਗੱਡੀ ਤਾਂ ਜਾਊਗੀ ਮਾਨਸਾ ਜਾਊਗੀ ਪਿੰਡਾਂ ਵਿੱਚ ਦੀ। ਉਹ ਕਹਿੰਦਾ ਹੁਣ ਤਾਂ ਬਹਿ ਗਏ ਸਿੱਖ ਹੁਣ ਨਹੀਂ ਪਿੱਛੇ ਮੁੜਦੇ। ਮਾਈ ਕੋਈ ਗੱਲ ਨਹੀਂ ਖਾਲਸਾ ਜੀ ਬਹਿ ਜਾਓ ਫਿਰ ਭਾਈ ਬਹਿ ਗਏ ਖਾਲਸਾ ਜੀ 2.5 ਕਿਲੋ ਤਾਂ ਮਖਪਲੀਆਂ ਖਾ ਗਏ ਜੀ ਉਹ 3.5 ਫਿਲਮਾਂ ਦੇਖ ਗਿਆ ਤੇ ਮੈਨੂੰ ਕਹਿੰਦਾ ਯਾਰ ਸਫ਼ਰ ਜਿਹੜਾ ਤੈਨੇ ਕਰਾਇਆ ਉਹ ਅੱਜ ਤੱਕ ਕਿਸੇ ਨੇ ਨਹੀਂ ਕਰਾਇਆ ਹੈਗਾ। ਮਾਂ ਬਾਬਾ ਜੀ ਪਾਣੀ ਪੀ ਲਓ ਪਾਣੀ ਦਾ ਮਤਲਬ ਕਾਰਡ ਲਾ ਲਓ ਆਨੰਦ ਹੁੰਦੇ ਹਰਿਆਣਾ ਛੱਡ ਮੇਰੇ ਵਾਲਾ। ਉਹਨੇ ਗਿੱਜੇ ਜੋ ਕੱਢੀ ਗਿਆ ਜੀ ਇੱਕ ਕਾਰਡ ਲਵਾਤਾ ਉਹਨੇ ਜੀ ਮੈਨੂੰ ਕਹਿੰਦਾ ਇੱਕ ਹੋਰ ਮਾਂ ਨਾ ਜੀ ਬਾਬਾ ਜੀ ਜ਼ਿਆਦੇ ਹੋ ਜੂ ਕੰਮ ਕਹਿੰਦਾ ਨਾ ਨਾ ਇੱਕ ਹੋਰ ਲਾ ਧੱਕੇ ਨਾਲ ਲਵਾਤਾ ਮੇਰਾ ਐਂ ਜੀ ਕਰੇ ਜੀ ਬੱਸ ਨਾਲ ਭੱਜ ਲਾ ਉੱਠ ਕੇ ਪਤਾ ਨਹੀਂ ਕੀ ਤਾਂ ਕਰੰਟ ਲਈ ਵਰਤਾ ਤੀ। ਉਹ ਜਦੋਂ ਤਾਰਿਆ ਪਹਿਲਾਂ ਤਾਂ ਮੈਂ ਡਰਾਈਵਰ ਨੂੰ ਕਿਹਾ ਡਰਾਈਵਰ ਤੀ ਜਿਹੜਾ ਮਾੜਾ ਜਿਹਾ ਅੜੀ ਹਲਤੀ ਸ਼ੇਖੋਰ ਮੈਂ ਉਹਨੂੰ ਆਖਿਆ ਮਾਂ ਯਾਰ ਹੱਥ ਬੰਨ ਕੇ ਬੇਨਤੀ ਆ ਮੈਂ ਤੈਨੂੰ ਹੱਥਾਂ ਨੇ 200 ਰੁਪਇਆ ਹੋਰ ਵੱਧ ਦੇ ਦੂੰ ਕਿਤੇ ਇਹਦੇ ਇਹਨਾਂ ਦੇ ਅਸਤਰ ਵਸਤਰ ਵੀ ਗਲਤ ਹੁੰਦੇ ਨੇ ਜੀ ਤੇ ਬਾਕੀ ਜਿਹੜਾ ਖਾਣ ਪੀਣ ਦਾ ਭੰਗ ਇਹ ਵੀ ਇਹਨਾਂ ਕੀਮਤ ਹਨਾ ਜੀ। ਚਲੋ ਭਾਈ ਅਸੀਂ ਸਫ਼ਰ ਤੈਅ ਕਰ ਲਿਆ ਜੀ ਉਹ ਮਾਨਸਾ ਬਾਕੀ ਉਹ 500 ਰੁਪਇਆ ਕੱਢੀ ਖੜਿਆ ਜੀ हाँ कहना लै भी कनैक्टर साहब तेरी बोलबाणी तेरे बहुत वधिया लग्या मैनू, बहुत नरमा मां नर्मता तेरे अस्तर वस्त्रां नूं देख के हो रहा थी ਕੋ ਨਾ ਤਾਂ ਸੰਗਲੀ ਰੈਂਚ ਜਾ ਹੁੰਦਾ ਯਾਰ ਨਾ ਕੀ ਪਤਾ ਕਦੋਂ ਘੁਮਾ ਦੇ ਫਿਰ। ਹਾਂ ਇਹ ਚੀਜ਼ ਹੈ। ਇਹ ਨੈਪਕਿਨ ਪੇਪਰ ਵਾਲੀ ਗੱਲ ਸੀ। ਉਹ ਨੈਪਕਿਨ ਪੇਪਰ ਵਾਲੀ ਗੱਲ ਜੀ ਸਾਡੇ ਪਿੰਡ ਹੁਣ ਤਾਂ ਲੱਲੀ ਛੱਲੀ ਬਾਹਰ ਜਾਈ ਜਾਂਦੀ ਹੈ ਜੀ। ਉਦੋਂ ਕੋਈ ਕੋਈ ਗਿਆ ਹੁੰਦਾ ਸੀ ਜੀ, ਜਿਹੜਾ ਬੰਦਾ ਗਿਆ ਹੋਇਆ ਸੀ 8 ਕ ਪੜਿਆ ਹੋਇਆ ਸੀ, ਉਹ ਪ੍ਰਾਹੁਣਾ ਸੀ ਸਾਡੇ ਪਿੰਡ ਦਾ। ਅੱਛਾ ਪ੍ਰਾਹੁਣਾ ਸੀ, ਚਲੋ ਮੈਂ ਵੀ ਭਾਈ ਪੱਕਾ ਬੰਨ ਕੇ ਸਾਇੰਸ ਵਾਲਾ ਟੀਚਰ ਬਣ ਕੇ ਗਿਆ। ਉਹ ਕਹਿੰਦੇ ਸਾਡਾ ਪ੍ਰਾਹੁਣਾ ਅੰਗਰੇਜ਼ੀ ਬੋਲੂਗਾ ਵੀ ਤੈਂ ਅੰਗਰੇਜ਼ੀ ਉਹ ਕਰਨੀ ਆ, ਉਹ ਅੰਗਰੇਜ਼ੀ ਬੋਲੂਗਾ ਤੂੰ ਸਮਝ ਕੇ ਸਾਨੂੰ ਦੱਸੀ ਜਾਈ। ਉਹ ਤਾਂ ਭਾਈ ਅਸੀਂ ਤਾਂ ਪਾਣੀ ਪੂਣੀ ਛੜਕਿਆ, ਦੋ ਭਾਂਤਾ ਮੀਟ ਬਣਾਇਆ ਜੀ, ਉਹਦੇ ਵਾਸਤੇ ਵੀ ਪ੍ਰਾਹੁਣਾ ਜੀ ਆਉਣਗੇ, ਕਾਕਾ ਜੀ ਆਉਣਗੇ। ਚਲੋ ਭਾਈ ਆ ਗਏ ਕਾਕਾ ਜੀ। ਪਹਿਲਾਂ ਤਾਂ ਉੱਤਰੋਂ ਸਾਰ ਕਹਿੰਦਾ ਯਾਰ ਬੜੀ ਪ੍ਰੋਬਲਮ ਆਈ। ਚਲੋ ਉਹ ਕਹਿੰਦੇ ਕੀ ਕਹਿੰਦਾ, ਮੈਂ ਆਏ ਕਹਿੰਦਾ ਵੀ ਬੜੀ ਪ੍ਰੋਬਲਮ ਆਈ ਰਸਤੇ 'ਚ। ਕਹਿੰਦੇ ਅੱਛਾ ਕਿਉਂ, ਕਹਿੰਦੇ ਸਾਡਾ ਪ੍ਰਾਹੁਣਾ ਵੜਦਾ ਅੰਗਰੇਜ਼ੀ। ਮਾਂ ਹਾਂ ਕਹਿੰਦਾ ਯਾਰ ਤੁਸੀਂ ਤਾਂ ਬੈਕਵਰਡ ਹੋ। ਕਹਿੰਦੇ ਕੀ ਕਹਿੰਦਾ, ਮਾਂ ਕਹਿੰਦਾ ਵੀ ਵਧੀਆ ਤੁਸੀਂ ਤਾਂ ਆਈ ਕਹਿਦਾ ਪਿਆ, ਉਹਨਾਂ ਨੂੰ ਤਾਂ ਕੀ ਦੱਸਣਾ ਸੀ। ਚਲੋ ਜੀ ਮੀਟ ਬਣਾਇਆ। ਉਹ ਕਹਿੰਦਾ ਕੋਹ ਸੋਨੇ ਦੀ ਚੈਨੀ ਕੱਢ ਲਿਆ ਕਰੇ, ਪਾ ਲਿਆ ਕਰੇ। ਮੈਂ ਉਹਨਾਂ ਨੂੰ ਇੱਕ ਸ਼ਰਤ ਰੱਖੀ, ਮੈਂ ਉਹਦੀ ਵਗ ਜੂ ਮੈਂ ਚੱਲਦੇ ਖਾੜੇ ਚੋਂ ਜੇ ਸੋਨੇ ਚੈਨੀ ਪੁੱਛ ਲਈ ਇਹਨੂੰ। ਕਿਉਂ ਭਾਈ ਹੁਣ ਤਾਂ ਚਾਈ ਜਾਂਦੇ ਨੇ, ਉਦੋਂ ਕੋਈ ਕੋਈ ਗਿਆ ਹੁੰਦਾ ਸੀ ਬਾਹਰ ਤੇ ਲੋਕਾਂ ਨੂੰ ਵੀ ਚਾਹ ਹੁੰਦਾ ਸੀ ਦੇਖਣ ਨੂੰ ਵੀ ਬਾਹਰੋਂ ਆਇਆ ਨਹੀਂ ਕਹੇ ਜਾਊਗਾ। ਚਲੋ ਚੈਨੀ ਕਦੇ ਮੂੰਹ ਚ ਪਾ ਲਿਆ ਕਰੇ, ਕਦੇ ਕੱਟ ਲਿਆ ਕਰੇ, ਕਦੇ ਪਾ ਲਿਆ ਕਰੇ। ਮੈਂ ਪੁੱਛਣੀ ਨੀ ਪੁੱਛੀ ਨੀ ਭਾਈ। ਉਹਨੇ ਗੁੱਸੇ ਚ ਹੋਰ ਤਾਂ ਕੀ ਕਹਿਣਾ ਸੀ, ਕਹਿੰਦਾ ਐਜੂਕੇਸ਼ਨ ਦੀ ਘਾਟ ਆ। ਉਹਨਾਂ ਨੇ ਦੋ ਕੜਸੀਆਂ ਭਰ ਕੇ ਨੂਣ ਦੀਆਂ ਪਾਤੀਆਂ ਜੀ। ਕਹਿੰਦੇ ਵੀ ਨੂਣ ਘੱਟ, ਕਹਿੰਦਾ ਇਹ ਤਾਂ ਕਰਤਾ ਖਾਰਾ ਮੀਟ ਜੀ। ਅੱਛਾ ਚਲੋ ਜਦੋਂ ਨਾ ਹਟਿਆ ਉਹ, ਜਦੋਂ ਹੱਥ ਪੁੰਜਣ ਵਾਸਤੇ ਨਹੀਂ ਕਹਿੰਦਾ ਨੈਪਕਿਨ ਪੇਪਰ ਸਾਡੇ ਪਿੰਡ ਵਾਲੇ ਕਹਿੰਦੇ ਮਾਰਚ ਚ ਹੋਣਗੇ ਜੀ। ਉਹ ਮਾਂ ਹੱਥ ਪੁੰਜਣ ਨੂੰ ਮੰਗਦਾ, ਪੇਪਰ ਕਾਹਨੂੰ ਪੁੱਛਦਾ ਏ ਤੁਹਾਨੂੰ। ਕਿਤੇ ਜਿਹੜੇ ਕਲਾਸਾਂ ਵਾਲੇ ਪੇਪਰ ਹੁੰਦੇ, ਹਾਂ ਜੀ ਹਾਂ, ਵੀ ਕਿਤੇ ਪੇਪਰ ਪੁੱਛਦਾ ਵੀ ਜਵਾਕਾਂ ਦੇ ਕਦੋਂ ਹੋਣਗੇ। ਮਾਂ ਹੱਥ ਪੁੰਜਣ ਨੂੰ ਮੰਗਦਾ ਏ, ਹੋਰ ਕੀ ਮੰਗਦਾ ਏ। ਮਤਲਬ ਬਾਹਰ ਲਾ ਸੀਗਾ, ਬਾਹਰ ਲਾਤੀ ਜੀ, ਬਾਹਰ ਲਾ ਬਿਲਕੁਲ। ਥੋੜੀ ਚੜਾਈ ਸੀ ਉੱਥੇ। ਹਾਂ ਜੀ ਚੜਾਈ ਤਾਂ ਫਿਰ ਜਦੋਂ ਹੁਣ ਅਗਲਾ ਮਾਣ ਤਾਣ ਕਰਕੇ ਲੈ ਕੇ ਗਿਆ ਸੀ ਆਪਾਂ ਨੂੰ, ਪਰ ਉਹਨੇ ਨੀ ਸਾਡੀ ਉਹ ਕਰਿਆ ਹੈਗਾ। ਉਦੋਂ ਹੋਰ ਇੱਕ ਇੱਜ਼ਤ ਕਰਦਾ ਸੀ ਅਗਲਾ, ਕਹਿੰਦਾ ਆਪਣੇ ਜਵਾਕਾਂ ਨੂੰ ਬਾਹਰੇ ਲੈ ਜਾਊਗਾ। ਹਰੇਕ ਨੂੰ ਲਾਲਚ ਹੁੰਦਾ, ਲਾਲਚ ਹੁੰਦਾ ਸੀ। ਹੁਣ ਤਾਂ ਤੁਹਾਨੂੰ ਪਤਾ ਹੀ ਹੈ ਜੀ, ਹਰ ਇੱਕ ਪਿੰਡ ਚੋਂ ਆਈ ਪਤਾ ਲੱਗਦਾ, ਤੜਕੇ ਲੱਗਦਾ ਸਟੇਟਸ ਪਾਇਆ ਹੋਇਆ ਵੀ ਆ ਵੀ ਤੜਕੇ ਲੈ ਗਿਆ ਉਹ ਟੱਚੀ ਜੀ ਉੱਤੇ ਕਾਰ ਦੇ। ਹਾਂ ਜੀ ਉਦੋਂ ਉੱਥੇ ਜਦੋਂ ਚੰਡੀਗੜ੍ਹ ਸਟੇਟ ਦਿੱਲੀ ਸਟੇਟਸ ਪਾਇਆ ਹੁੰਦਾ ਵਿੱਚ। ਹਾਂ ਜੀ ਉਦੋਂ ਹੀ ਪਤਾ ਲੱਗਦਾ ਹਨਾ ਜੀ। ਇਹ ਬਹੁਤ ਚੱਲ ਪਿਆ ਰੁਝਾਨ ਹੁਣ, ਬਹੁਤ ਛੋਟੇ ਪਿੰਡਾਂ ਨੇ ਬਹੁਤ ਹੈ, ਵਾਧੂ ਆ ਜੀ। ਮੈਂ ਕਹਿੰਦਾ ਤੜਕੇ ਨੂੰ ਆਏ ਪਤਾ ਲੱਗਦਾ ਵੀ ਰਾਤ 2 ਵਾਗੇ ਭਾਈ। ਅੱਛਾ ਹਾਂ ਤੜਕੇ ਨੂੰ ਇਹ ਪਤਾ ਲੱਗਦਾ, ਸਟੇਟਸ ਦੇਖਦਾ ਜਦੋਂ ਉਹ ਟੇਚੀ ਜਿਹਾ ਤਰਿਆ ਹੋਇਆ ਹੁੰਦਾ। ਤਰਿਆ ਹੁੰਦਾ ਕੁੱਤੇ ਕੁੱਤਿਆਂ ਵਾਲੀ ਗੱਲ ਸੀਗੀ। ਉਹ ਕੁੱਤੇ ਕੁੱਤਿਆਂ ਵਾਲੇ ਤੇ ਇੱਕ ਬੰਦੇ ਨੇ ਸਵਾਲ ਕਰਿਆ ਜੀ, ਕਹਿੰਦਾ ਵੀ ਰੋਡ ਤੇ ਕੀ ਵੱਧ ਮਰਦਾ, ਕੁੱਤੇ ਮਰਦੇ ਨੇ ਕਿ ਕੁੱਤੀਆਂ। ਚਲੋ ਸਵਾਲ ਵੀ ਔਖਾ ਸੀ। ਮਾਂ ਰੋਡ ਦੇ ਉੱਤੇ ਕੁੱਤੇ ਮਰਦੇ ਨੇ। ਕਹਿੰਦਾ ਕਿਵੇਂ ਮਰਦੇ ਨੇ, ਕੁੱਤੀ ਤਾਂ ਪਰਲੇ ਪਾਸੇ ਖੜੀ ਹੁੰਦੀ ਆ ਜੀ। ਉਹ ਇਸ਼ਕ ਚ ਅੰਨਾ ਹੋਇਆ ਹੋਇਆ ਕੁੱਤਾ, ਉਹ ਨਹੀਂ ਦੇਖਦਾ ਵੀ ਮਗਰ ਮੂਹਰੇ ਕੀ ਆ ਕੀ ਨਾ। ਉਹ ਤਾਂ ਕੇਰਾ ਪਟਵਾਰੀ ਵਾਂਗੂ ਪੀਤਾ ਸੱਟ ਕੇ ਵਗ ਜਾਂਦਾ ਜੀ। ਤੁਹਾਨੂੰ ਪਤਾ ਫਿਰ ਬਸ ਸਿੱਧੀ ਪਾ ਦਿੰਦਾ ਜੀ ਉਹ ਵਿਚਾਰਾ। ਇਹ ਕੁੱਤੀ ਨਹੀਂ ਮਰੀ ਹੋਈ ਦੇਖੂਗੀ। ਅੱਛਾ ਮੇਰਾ ਵੀ ਤਜਰਬਾ, ਤੁਸੀਂ ਵੀ ਦੇਖਿਓ ਕਦੇ ਤਾਂ ਤੁਹਾਨੂੰ ਰੋਡ ਤੇ ਕੁੱਤੀ ਨਹੀਂ ਮਿਲੂ ਮਰੀ ਹੋਈ, ਕੁੱਤਾ ਮਿਲੂਗਾ ਜੀ। ਕੁੱਤੀ ਘੱਟ ਆਉਂਦੀ ਰੋਡ ਤੇ, ਜਮੀ ਘੱਟ ਜੀ। ਉਹ ਤਾਂ ਸੋਚ ਸੰਭਲ ਕੇ ਜਾਂਦੀ ਆ ਪਰਲੇ ਪਾਸੇ ਜੀ। ਉਹ ਇਸ਼ਕ ਚੰਨਾ ਹੋਇਆ ਹੋਇਆ, ਉਹ ਨਹੀਂ ਦੇਖਦਾ ਵੀ ਆ ਹੈਗਾ ਕਿ ਨਾ ਨਾ ਕੁਛ। ਉਹਦਾ ਕੋਈ ਚੱਕਰ ਨਹੀਂ, ਨਾ ਕੋਈ ਚੱਕਰ ਨਹੀਂ, ਉਹ ਕੋਈ ਪਰਵਾਹ ਨਹੀਂ ਹੈ। ਇੱਕ ਹਰੀ ਸਿੰਘ ਨਲੂਆ ਵਾਲੀ ਗੱਲ ਸੀ। ਹਰੀ ਸਿੰਘ ਨਲੂਆ ਜੀ ਉਦੋਂ ਆਪਣੇ ਉਹ ਸਕੂਟਰ ਹੁੰਦੇ ਸੀ ਦੂਜੇ ਜੀ, ਜਿਹੜੇ ਆਪਣੇ ਬਜਾਜ ਤੋਂ ਪਹਿਲਾਂ ਨਹੀਂ ਹੁੰਦੇ ਸੀ ਜਿਹੜੇ ਲਮਰੇਟਾ। ਨਾ ਜੀ ਵੈਸਪਾ ਨਹੀਂ ਜੀ, ਕੋਦੋਂ ਪਹਿਲਾਂ ਹੁੰਦੀ ਆ ਪਰੀਆ। ਪਰੀਆ ਸਕੂਟਰ ਜੀ। ਸਾਡਾ ਡਰਾਈਵਰ ਬਰਾਤ ਲਾ ਕੇ ਆਇਆ, ਡਰਾਈਵਰ ਵੀ ਮੜਿਆ ਗਰਮ ਧੜੇ ਦਾ ਸੀ। ਉਹ 22 ਕਿੱਲੇ ਜ਼ਮੀਨ ਤੇ ਉਹਨਾਂ ਦੇ ਜੀ, ਡਰਾਈਵਰ ਦੀ। ਨਾ ਨਾ ਜਿਹਦੇ ਬਰਾਤ ਲਾ ਕੇ ਆਇਆ, ਡਰਾਈਵਰ ਨੂੰ ਪਹਿਲਾਂ ਨਿਆਮ ਦਿਆ ਕਰਦੇ ਸੀ ਜੀ ਵੀ ਉਹ ਰਾਤ ਲਾ ਕੇ ਆਇਆ, ਵਧੀਆ ਇੱਜ਼ਤ ਕਰਦੇ ਸੀ ਵਿਚਾਰੇ। ਹੁਣ ਤਾਂ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੀ ਆ ਜੀ। ਚਲੋ ਭਾਈ ਡਰਾਈਵਰ ਨੂੰ ਜਦੋਂ ਨਿਆਮ ਨਾ ਦਿੱਤਾ, ਕਹਿੰਦਾ ਬਹੂ ਸੋਡੀ ਵੀ ਨਹੀਂ ਹਰੀ ਸਿੰਘ ਨਲੂਆ ਜੰਮਦੀ ਬਾਈ, ਰਾਤ ਨੂੰ ਬੁੜੀ ਮਰ ਗਈ ਉਹਨਾਂ ਦੀ ਤਾਂ। ਚੱਕਿਆ ਬਾਈ ਉਹਨਾਂ ਨੇ ਸਕੂਟਰ, ਬਈ ਉਹ ਦਫ਼ਤਰ ਆ ਗਏ। ਉਹ ਕਹਿੰਦੇ ਤੁਹਾਡਾ ਡਰਾਈਵਰ ਕਿੱਥੇ ਆ, ਕਹਿੰਦੇ ਸਾਡੀ ਬੁੜੀ ਮਾਰਤੀ, ਕਹਿੰਦੇ ਗੱਡੀ ਤਾਂ 5 ਵਜੇ ਦੀ 6 ਵਜੇ ਦੀ ਆਈ ਹੋਈ ਆ, ਔਰ बुढ़ी कहते बुढ़ी 8 बजे मरी आ सोडा ड्राइवर कह के आया थी ਉਹ ਟਾਈਮਾਂ 'ਚ 500 ਰੁਪਏ ਚੱਕੀ ਫਿਰਨ ਜੀ ਡਰਾਈਵਰ ਦੇ ਪਿੰਡ ਗਏ ਉਹਨੂੰ ਕਹਿੰਦੇ ਬਾਈ ਬਣ ਕੇ ਆਪਦੇ ਬੋਲ ਵਾਪਸ ਲੈ ਲਾ 22 ਕਿੱਲੇ ਜ਼ਮੀਨ ਦੇ ਨੇ ਜੇ ਕਿਤੇ ਬੱਚਾ ਨਾ ਹੋਇਆ ਮਾਰੇ ਜਾਵਾਂਗੇ ਅਸੀਂ ਤਾਂ ਜੀ ਹਾਂ ਇਹ ਗੱਲ ਸੀ ਹੈ ਹਾਂ ਜੀ ਮਰੋ ਇਹਨੇ ਟੈਨਸ਼ਨ ਜੋਗੇ ਉਹਦੇ ਬੋਤਲਾਂ ਤੋਂ ਬਾਅਦ ਬੁੜੀ ਮਰ ਗਈ ਰਾਤ ਨੂੰ 8 ਵਜੇ ਬੁੜੀ ਨਹੀਂ ਚੱਕੀ ਉਹਦੇ ਕੋਲੇ 500 ਰੁਪਏ ਦੇਣ ਬਾਕੀ ਗਾਣਾ ਕੰਮ ਨਾ ਬਣਦੇ ਹਾਂ ਜੀ ਹਾਂ ਜੀ ਨਹੀਂ ਇੱਕ ਜਿਵੇਂ ਹੁਣ ਤੁਸੀਂ ਜਾਣਦੇ ਹੋ ਹਰ ਰੋਜ਼ ਹੁਣ ਜਿਵੇਂ ਆਧਾਰ ਕਾਰਡ ਦਾ ਸਿਸਟਮ ਚੱਲ ਪਿਆ ਇਹਨੇ ਕਿੰਨੀ ਕੁ ਸੱਟ ਮਾਰੀ ਹੈ आधार कार्ड ने तो जी आए करती प्राइवेट बसा जिमें अगला बुढ़े नहीं कहना भी घरें सेवा कर लो रहा तो है नहीं कुछ वो काम आ जी हूँ तो एक शर्मो शर्म ही चल रही ने जी हाँ। एक दूजे को देख देख के तो बुढ़िया तो चढ़निया नहीं चलो चढ़निया नहीं जो 25% आशक चढ़ते होंगे ने जी हाँ। वो भी नहीं चढ़ते कहणगे तो है नहीं कुछ ਹੁਣ ਉਹਨਾਂ ਵਾਸਤੇ ਕੀ ਲਿਆ ਕੇ ਦੇਈਏ ਜੀ ਦੱਸੋ ਹਨਾ ਜੀ ਹੈ ਨਹੀਂ ਕੁਛ ਇਹ ਤਾਂ ਹੈ ਨਹੀਂ ਕੁਛ ਜੀ ਉਹ ਵੀ ਨਹੀਂ ਚੜਦੇ ਲੈ ਹੁਣ ਆਸਕੀ ਵਾਲੀ ਤੁਹਾਨੂੰ ਗੱਲ ਦੱਸਦਾ ਜੀ ਉਦੋਂ ਆਧਾਰ ਕਾਰਡ ਨਹੀਂ ਚੱਲਦਾ ਹੁੰਦਾ ਤੀ ਇੱਕ ਆਸ਼ਕ ਭਾਜੀ ਚੜੇ 2000 ਦਾ ਨੋਟ ਫੜਾਤਾ ਜੀ ਉਹਨੇ ਮੈਨੂੰ ਅੱਛਾ ਨਾਲ ਉਹਦੇ ਲੇਡੀਜ਼ ਬੈਠੀ ਜਦੋਂ 2000 ਦਾ ਨੋਟ ਫੜਾਤਾ ਮੈਂ ਬਈ ਖੁੱਲੇ ਦੇ ਦੇ ਯਾਰ ਕਹਿੰਦਾ ਖੁੱਲੇ ਕਿੱਥੇ ਦੂਏ ਵੱਡੇ ਵੱਡੇ ਨੇ ਮੈਂ ਵੀ ਬਕਾਇਆ ਲਿਖਤਾ ਜੀ ਉਹਦੇ ਪਿੱਛੇ ठीक है बकाया लिखता उदू बाद जवाक नहीं चढ़ देंगे जोड़े कहते पीड़ तेरे जान दी किदा जरागा मैं हाँ। तेरे बगैर जिंदगी नू की करांगा मैं वो हाँ ओनू 100 रुपया देता जी वो बंदे ने हाँ हुण आपस चो तां लेडी नाल लग गया गल्लां करना हाँ कदे नोट पैसे कढ लिया करे कदे पा लिया करे निगाह मेरी भी उहदे विच वो जवाक नूं मैं आखिया ओए तू उतर जा उरे ककरे वाला भाई का पिंड पैंदा ही साडा साडे उधर मैं उहनूं आखिया उरी उतर जा तू कहना की हाल तां मैं पैसे इकट्ठे कर लेने मां साला तैनूं 20 बन जाणगे 40 बन जाणगे तैनूं 100 तां देता उहने नहीं ते थो मड़ाऊगा वो लेडी ने घगे उतरना ती जी आशक भाजी ने पत्तड़ा जाना ती कहा चल भाई जदों वो उतर गई वो मैनूं कहना भाई वो बकाया तां दे दिंदा महा की हो गया मां तू तो ऐ करदा जिवें साग चीरनी मशीन चत आ गया हुंदा हुण तक तां तू बोलिया नहींगा मैनू कहना वो जवाक जा कित्थे आ मां तां गया बई वो तां गया मां हुण कहदा कमाल आ यार तुसीं सिखा के लिआउने हो किराया कदों वधिया ती कहना मां हुण मैं तैनूं की दस्सां पीड़ तेरे जान दी ओहदी पक्की हो गई है हां जी ओहनूं आपदी ओहदी पीड़ जान पी अंदर हां जी हां जी मतलब अज तुसीं आशकां दी गल्लां करदे आ हां जी मतलब जदों दी आह आधार कार्ड हो गए ये भी बंद हो गई पहला कितना सिस्टम हुंदा सी इह तां जी तुसीं आए ला लो साहब बुढ़ी नूं कोई सीट देवे ना देवे बुढ़े नूं देवे ना देवे लेडी नूं अगला कहंदा लो जी सीट ये आशकां दा होर आ जी सिस्टम आ हुण तां इन्ने साल हो गए तजर्बा इन्हां ने पहलां तां पिछों आए फड़ लैणीआं ने ओह दो पाइपां भी काए निगाह मारनगे भी कित्थे लेडीज बैठी आ जिथे बह गए फिर इन्हां ने की करना आए सौण दा ढंग बना लेना जी जे तां अगले ने कहता वीर जी ठीक हो गए बैठ फिर तां चुप करके बह जाणगे जी होर सीट बदल लैणगे पूरे तां कम बणिआ नहीं नहीं फिर जदों तक ओह कर देणगे हुण आ लेडीज वाली ला लओ साहब तुसीं एक दिन लोई भिज गई मेरी मीच मेरे घर वाली ने मेरा सौल देता मैं सौल ले लिया बस च वो एक मेरे पैर धरी जावे जो ना हटिओ मां मैं बंदा ओहदा नहीं पता लगे जी कित्थे उतर गया कित्थे ना शौल भी लेके थोड़ा काम कर हाँ जी हाँ वो पैर जो लगे धरो मां मैं बंदा या एक भाई हो रहा है मतलब थोड़ा सा मतलब कार्ड लाने लाया मतलब पोस्ट किवें ट्रेनिंग किवें हो जाती है पोस्ट खान दी पक्का ही थोड़े काम दे विच आए कने पोस्ट तां जी 80% खांदे ने जी ड्राइवर कनेक्टर तां कल्ले बदनाम ने पोस्ट दा पता कदों लगदा जी जदों इह मिलणों हट जांदा जी फिर बुढ़ियां कौली लैके आउणगीआं हां वे टक टक आ की हो गया अंबो ਉਹ ਹੁਣ ਆ ਕੀ ਤੀ ਭਾਈ ਸਾਡੇ ਤਾਂ ਕੱਟੇ ਨੂੰ ਮੋਕ ਲੱਗ ਰਹੀ ਆ ਮੈਂ ਕੱਟੇ ਨੂੰ ਨਹੀਂ ਤਾਂ ਬੰਦੇ ਨੂੰ ਲੱਗੀ ਹੋਈ ਆ ਉਦੋਂ ਪਤਾ ਲੱਗਦਾ ਜੀ ਖਾਂਦੇ 80% ਨੇ ਕਹਿੰਦਾ ਬਦਨਾਮ ਕਹਿੰਦੇ ਤੁਸੀਂ ਹਾਂ ਜੀ ਹਾਂ ਅਗਲਾ ਹਰੇਕ ਗੱਲ ਕਹਿੰਦਾ ਹਾਂ ਜੀ ਬਿਲਕੁਲ ਵੀ ਕਨੈਕਟਰ ਆਏ ਆ ਹਾਂ ਜੀ ਤੇ ਇੱਕ ਭਾਈ ਜਿਹੜਾ ਮਤਲਬ ਆਪਾਂ ਗੱਲਾਂ ਕਰੀਆਂ ਸੀ ਪੰਚਾਇਤ ਮੈਂਬਰ ਵਾਲਾ ਕੀ ਮਸਲਾ ਸੀ ਪੰਚਾਇਤ ਮੈਂਬਰ ਵਾਲੀ ਜੀ ਗੱਲ ਇੱਕ ਸਾਡੀ ਗੱਡੀ ਚੱਲਦੀ ਸੀ ਸਮਾਣਾ ਮਾਨਸਾ ਜੀ ਗਰਗਵਸ ਦੀ ਉਹ ਜਦੋਂ ਮਾਨਸਾ ਤੋਂ ਚੜਿਆ ਲੱਲੂਆਣਾ ਪਿੰਡ ਪੈਂਦਾ ਲੱਲੂਆਣਾ ਬੱਪੀਆਣਾ ਫਾਫੜੇ ਭਾਈ ਕੇ ਛੋਟੇ ਗੁਰਨੇ ਵੱਡੇ ਗੁਰਨੇ ਉਹ ਲੱਲੂਆਣੇ ਦਾ ਮੈਨੂੰ ਕਹਿੰਦਾ ਗੱਡੀਆਂ ਠੇਕੇ ਤੇ ਨੇ ਜੀ टिकट दो ना दो, अपने तो मालक ने पैसे देते। मैनू कहना टिकट दे, टिकट है आए नहीं काम चलता, जिवें तू चलाउण नूं फिरदा इहनूं भी दे टिकट, उहनूं भी दे। मैं कहा दो दे देना तेनों टिकटा, चुप कर जा, लै पड़। इनू भी देती, उन्होंने भी देती। मैं हूँ तू पंचायत मैंबर खड़ा होवेगा, नाले हारे ना। अच्छा चलो बुड़ बुड़ करता उतर गया। उदों साल डेढ़ साल बाद मैनू कहना भाई सत श्री अकाल, भाई सत श्री अकाल। मैं जिवें आपां जानदे हुण जान पहचान हो गई, हुण तुसीं मिलोगे मैं तुहानूं बुलाऊंगा, तुसीं मैनू बुलाओगे। मैं यार सत श्री अकाल रिश्तेदारी भी नहीं कोई पैंदी। मैं आख्या, कहता सत श्री अकाल भाई, बस सत श्री अकाल। मैं टिकट देण लग्या, कहना ना ना भाई ओए। माँ की हो गया? कहना ये तो मैनू 32,000 रुपये च पैगी तेरी टिकट। कहना तेनू की पता थी मैं पंचायत मैंबर खड़ूंगा नाले हारूंगा। मैं तू हक दबाउण लग गया ती लोगों। कहना भाई हार गया, कहना 32,000 रुपया लग गया नाले 22-23 वोटा से। कहना मैं हार गया। मैं तो तेरी बोलबाणी दाती थी भी हारेगा, नाले हक दबाउण लग गए लोग। हाँ जी हाँ जी सही है भाई। बड़ा पुलिस वाले ने बहुत पाह पैंदा हो ना। पुलिस वाले ने की दस्सा जी थोनू। एक दिन कोट डंग लिया पुलिस वाले ने बिच किसे बस च। अच्छा मां भाई आ की तू जमी सौण माड़े कर रहा। हां कहना यार छोटे वाली बस च कहना वो नहीं पैंदा हैगा, बाल नहीं पैंदे हैगे। हां ओ मां तू साडी सुख भाल ला, तीन वाली सीट ते कोट डंग कर गया। हां ओ मां यार कमाल करदा। कहना यार उत तो सीट नहीं होंदी ना बैठण नूं, कोटे डंग ता दस की करिए। ओ भी बदल बाबा मुलाजम आती है बस च फ्री होंदी। प्राइवेट च कोई आए फ्री तक लिख के तो नहीं होंदा जी कोई। वो चलो बह जाते ने जी, सारे जान पछाण दे होंदे ने, आए बह जाते ने, आए कोई चक्कर नहीं होंदा। इन्हां नूं रोडवेज तां सीट मिलदी नहीं जी। हुण प्राइवेट च इन्हां नूं पता। हुण तां साडीआं गड्डियां चों तां जी टाकी चों मुरली चों लफाफा चल के पिछली च उतर जांदा जी। एक बारी गल की है जी, लाइट नहीं आई हैगी। अच्छा लाइट नहीं आई भाई, बरनाले होणीआं चढ़ियां, पता लग गया कट्टा। ਉਹ ਰਾਜਪੁਰੇ ਵਗ ਗਈਆਂ, ਰਾਜਪੁਰੇ ਤੋਂ ਸਾਪਣ ਲਈਆਂ ਨਾਲੇ ਤਾਂ, ਨਾਲੇ ਕਹਿੰਦੀਆਂ ਸੀਸੇ ਕੋਲੇ ਬਹਿ ਜਾਣਗੀਆਂ, ਗਰਮੀ ਤੋਂ ਤਾਂ ਬਚਾਂਗੀਆਂ। ਹਵਾ ਲੈਣਾ ਸੀ ਜੜੀਆਂ, ਹਵਾ ਲੈਣ ਵਕੜਾ ਪੈਸੇ ਲੱਗਦੇ ਨੇ ਜੀ। ਆਧਾਰ ਕਾਰਡ ਨੇ ਕਿਸੇ ਦੇ ਘਰੇ ਦੁੱਧ ਨਹੀਂ ਛੱਡਿਆ ਜੀ। ਕਿਵੇਂ ਦੁੱਧ? ਪਹਿਲਾਂ ਬੁੜੀਆਂ ਮੈਸਾਂ ਸਾਂਭਿਆ ਕਰਦੇ ਤੇ ਆ। ਹਾਂ ਹੁਣ ਬੁੜੀਆਂ ਬੱਸਾਂ 'ਚ ਨੇ ਬਾਈ। ਹਾਂ ਜੀ ਪਹਿਲਾਂ ਬੁੜੀਆਂ ਸਾਂਭਦੇ ਤੇ ਮੈਂ ਹੁਣ ਤਾਂ ਲਾਲਾ ਸਾਹਿਬ ਕੋਈ ਹੈ ਕੋਈ ਡੰਡੇ ਵਾਲਾ ਜਿਹੜਾ ਕੋਈ ਘੇਰ ਘੂਰ ਕੇ ਰੱਖ ਲਏ। ਮੈਨੂੰ ਤਾਂ ਲੱਗਦਾ ਨਹੀਂ ਕਿਸੇ ਦਾ दब दबा होना जी। मतलब ये दुध नहीं छड्या, होर दुध लड़ाइयां हो गई जी। तुसीं हौली मोटरसाइकिल दी पास स्पीड ते जाओ, और किते करे डंडा कड़क रहा हुंदा। क्या सौ आधार कार्ड करके फ्री है जी। अगला कहना कोई ना वग जांगे, किहड़ा लगना पैसा। कोई रिश्तेदारी नहीं छड्डी, कोई धार्मिक स्थान नहीं छड्डे जी। इन्होंने सारे जाए, सारे किते जाए। ते प्राइवेट बसां दा फिर की हाल? फ्री करतीआं जावां प्राइवेट तां जी बस। एक की बस काली दिवाली मनाई थी लिखे जी। हाँ जी मनाई है जी, बिल्कुल मनाई है जी। साढ़िया सारिया बसा प्राइवेट लगभग बंद तीन की है, कोई खदा कोई बिचों मैं तो लगता नहीं किसी ने चलाई होनी। हाँ जी मतलब जिवें बसा बता पुछा बच्चा लैन भी जाती होनी बीबी है ना बई। पुछा वाली गल सुन ला बई। हाँ साड़ी मैस बीमार हो गई, डॉक्टर को नहीं गए। अच्छा पुछा वाली को बागे। हाँ पुछा वाली कहती दवाई ना दवाओ मैस नूं। कहती साड़ी माई कहती कोई ना दवाउंदी नहीं। 3 दिन बाद मैस मर गई भाई। जो मैं आथने आया मां मैस घट लगती है, मैस किधर गई? कहते तू रोटी खा ला। मां रोटी नूं की होया? कहते तू रोटी खा ला, अपने तो बंदे ने मरना ती, तो मैस विच दी लंघ गया। सारे एक दूजे कनी देखण भी किते मेरी वारी तां नहीं ती, किते मेरी वारी तां नहीं ती। इह जिहा काम हाल पुछाणा दा जिहा काम। हां बदलो ये सारे पासे है भाई है ना। ये बिल्कुल बिल्कुल जी सारे बाबे ही बहुत है ना। बाबे जी बाबे की तुसीं ला लो साहब। ਹੁਣ ਪਿੰਡ ਦਾ ਨਾਂ ਤਾਂ ਕਾਹਨੂੰ ਲੈਣਾ। ਚਲੋ ਫੋਰਚੂਨਰ ਦੇ ਵਿੱਚ ਬੰਦਾ ਖੜਿਆ ਮੋਗੇ ਕੋਲ ਦਾ। ਮਾਂ ਬਾਈ ਉਹ ਪੜਿਆ ਲਿਖਿਆ ਲੱਗਦਾ, ਕੜੇ ਕੁੜੇ ਪਾਈ ਫਿਰਦਾ, ਵਧੀਆ ਘਰ ਦਾ ਲੱਗਦਾ। ਕਹਿੰਦਾ ਮੈਂ ਕੀ ਕਰਾਂ, ਆਈਲੈਟਸ ਦਾ ਮੁੰਡੇ ਨੇ ਕੱਢੀ ਆ ਬਾਈ। ਪੜ੍ਹਾਈ ਮੁੰਡੇ ਨੇ ਕਰੀ ਆ ਗਾਮ। ਕਹਿੰਦਾ ਉਰੇ ਸੋਨੇ ਦੀ ਸਾਪ ਉਹ ਪਾ ਕੇ ਜਾਵਾਂਗੇ ਕੜਾ ਪੁੱਛ ਵਾਲੀ ਨੂੰ। ਦੱਸੋ ਆਹ ਚੱਕਰ, ਆਹ ਚੱਕਰ। मतलब अपने मतलब सिख धर्म च चीज़ां है नहीं, पर फिर भी लोग जाते हैं। बिल्कुल 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 जी। हुण सिख वाली सिख धर्म वाली सुन लो जी गल। सिख धर्म तो दूर जाने वाली गल। हुण मैं तुहानूं सरसेल बाबे दी ओहदी गल सुणाउणा जी। सवारी दी लोग टपाया होया, मैं हर एक नाले बोल चल पैना जी। अच्छा मतलब लोग टपाया होया मैं ओहदे पैरी हथ लाते, मैं धन धन सतगुरु तेरी आसरा करी, धन धन सतगुरु तेरी आसरा। वो कहती उन्हें बेचारी ने आपदी चुन्नी नाल सीट पूंजी साफ करी। मैनू कहती भी कोई सुनी है पिता जी की बात? मां जी मैं भैन जी आ गया ही, पिता जी आ जाएंगे। 480 रुपये बकाया ती जी। मैनू कहती रख ला पुत्त, ਇਹ ਵੀ ਆਪਣੇ ਘਰੇ ਨੇ, ਮਾਂ ਜੇ ਤੇਰੇ ਸੋਨੇ ਦੇ ਕਾਂਟੇ ਹੁੰਦੇ ਫਿਰ ਤਾਂ ਰੱਖ ਲੈਂਦਾ, ਤੂੰ ਤਾਂ ਆਪ ਪਿੱਤਲ ਦੇ ਪਾਈ ਫਿਰਦੀਆਂ। ਵੀ ਕਹਿਣ ਤੋਂ ਬਾਅਦ ਇੱਕ ਦੂਜੇ ਦੀ ਆਏ ਉਹ ਕੱਟਦੇ ਨੇ ਮਦਦ, ਹਨਾ ਜੀ। ਆਪਣੇ ਇੱਕ ਦੂਜੇ ਨੂੰ ਕਹਿਣਗੇ ਸਿੱਖੜਾ ਵੱਡਾ ਸਿੱਖ ਬਣਿਆ ਫਿਰਦਾ ਇਹ, ਆਹ ਕਾਟ ਕਰਦੇ ਨੇ, ਇਹ ਲਵੇ ਲਾਉਂਦੇ ਨੇ ਇੱਕ ਦੂਜੇ ਨੂੰ, ਇਹ ਨੇੜੇ ਲਾਉਂਦੇ ਆ, ਨੇੜੇ ਲਾਉਂਦੇ ਨੇ ਤਾਂ ਕਰਕੇ। ਹਾਂਜੀ ਹਾਂਜੀ, ਆਪਣੇ ਸ਼ਕਤੀਵਾਦ ਹੋ ਜਾਣੇ ਆ। ਹਾਂ ਆਪਣੇ ਸਿੱਖਾਂ ਸ਼ਕਤੀਵਾਦ ਆ, ਉਹ ਸ਼ਕਤੀਵਾਦ ਵਾਲੀ ਆਏ ਦੀ ਗੱਲ। ਇੱਕ ਦਿਨ ਉਹਦੇ ਦਾ ਉਹਦੀ ਦਾ ਮੱਸੇ ਆਉਤੀ ਜੀ अपना अठे जी। हाँ ओदी होती जी अपना पंचमी। सवारी भी बहुत खड़ी, बुढ़िया बहुत ज्यादा खड़िया जी। चलो मां भी जो बुढ़िया खड़िया चढ़े है ना कोई। मां भी देखो मैं मुसलमाना का मुंडा, सोडे सिखा च शक्ति ज्यादा आ, तुसी तो मरे पे दी टिकट भी लेके जाने हो कीरतपुर साहब, मरे हुए जी तुसी जाउंदे जी टिकटा नहीं लैंदे, सोडा मत्था कित्थों लगूगा। बई सारी चढ़ गई, पै गया लारा। मेरा ड्राइवर कहना की कहा तेने इन्हां नूं, किन्ने पैसे कहा भी घट तो नहीं करते किते। मां ना तू चुप कर जा, मां इह तां सूत आएदा जी, गाएं भी हो जाएदा जी। हां आपदे आप नूं ऐ कह के उहनां दा मुंडा है। हां जी हां। ते उत्थे जिवें हुण तुसी बस्सां जाणे आ बई, हर रोज मतलब लड़ाइयां लड़ाइयां भी हुंदियां कनैक्टरां नाल? कनैक्टरां नाल पहिलां तां नहीं जी लड़ाइयां हुंदियां ने। ਸਾਡੇ ਨਾਲ ਤਾਂ ਲੜਨਾ ਕਿਹਨੇ ਜਦੋਂ ਚੜਦੀ ਨਹੀਂ ਕੋਈ, ਸਾਡੇ ਨਾਲ ਤਾਂ ਕਿਹਨੇ ਲੜਨਾ? ਨਹੀਂ ਮੁੰਡੇ ਮਾਣੇ ਲੜ ਪੈਂਦੇ ਹੋਣਗੇ। ਨਹੀਂ ਨਹੀਂ ਹੁਣ ਉਹ ਕੰਮ ਨਹੀਂ ਰਹੇ ਜੀ। ਅੱਛਾ ਨਾ ਨਾ ਜੀ, ਇਹਦਾ ਹੁਣ ਰੋਡਵੇਜ਼ ਵਾਲੇ ਤੇ ਇਹਨਾਂ ਦੇ ਕਨੈਕਟਰਾਂ ਦੀ ਦੁਰਦਸ਼ਾ ਬਹੁਤ ਮਾੜੀ ਹੈ ਜੀ। ਉਹ ਕਿਵੇਂ ਬਾਈ? ਰੋਜ਼ ਤਾਂ ਲੜਾਈ ਹੁੰਦੀ ਆ। ਅੱਖਾਂ ਇਹਨਾਂ ਦੀ ਨਿਗਾਹ ਘੱਟ ਗਈ, ਬਰੀਕ ਅੱਖਰ ਦੇਖਣ ਵਾਲੀ ਜੀ। ਬਰੀਕ ਅੱਖਰ ਕਾਹਦੇ? ਆਧਾਰ ਕਾਰਡ ਦੇ। ਅੱਛਾ ਹਾਂ ਜੀ ਹਾਂ। ਤੁਸੀਂ ਤੁਸੀਂ ਦੇਖ ਲਓ, ਹਰ ਇੱਕ ਦੇ 2 ਨੰਬਰ ਦੀ ਐਨਕ ਲੱਗੀ ਹੋਊਗੀ ਜੀ ਰੋਡਵੇਜ਼ ਵਾਲੇ ਦੇ। ਰੋਡਵੇਜ਼ ਵਾਲੇ ਦੇ नहीं आया ये तो करी जाऊगा जी। वो सबरीक अक्कर देखने ही सारा। बसा दी हालत बड़ी बुरी हुई है ना बई। हुण मैनू आए दसो जी, तुसी पूरी चीज किन्ना क चिर दे दोगे? दुख तो सानू भी आउंदा, सानू भी आया भी PRTC जे रहूगी शरीक बराबर दा तां ही पैदा। जे कल्ली PRTC रहेगी ओहदा भी दिमाग खराब हो जाऊगा, जे कल्ली प्राइवेट रहेगी ओहदा भी हो जाऊगा जी। शरीक तो बराबर दी होना चाहिए जी। सानू भी दुख आउंदा जदों आए खड़ जांदियां ने इहरां च, ਕਿੰਨਾ ਕਿਚਰ ਵਿਚਾਰੇ ਫਰੀਟ ਹੋਈ ਜਾਣਗੇ। ਹਾਂ ਇਹ ਗੇਅਰ ਗੇਅਰ ਕਈਆਂ ਤਾਂ ਗੇਅਰ ਵੀ ਨਹੀਂ ਪੈਂਦੇ। ਨਹੀਂ ਜੀ ਪੈਂਦੇ ਗੇਅਰ, ਫੜ ਕੇ ਗੇਅਰ ਜੇ ਪਾਉਣ ਵਾਲੇ ਆ। ਹਾਂ ਬਿਲਕੁਲ ਬਿਲਕੁਲ ਜੀ। ਆ ਗੇਅਰ ਤੋਂ ਗੱਲ ਯਾਦ ਆ ਗਈ ਜੀ। ਹਾਂ ਚਲੋ ਕਿਸੇ ਨੂੰ ਦੇਖਣ ਆ ਗਏ ਮੁੰਡੇ ਨੂੰ। ਅੱਛਾ ਜੀ। ਮੁੰਡੇ ਨੂੰ ਦੇਖਣ ਆਏ ਜੀ, ਉਹ ਪਰਿਵਾਰ ਵੀ ਲਾਲਚੀ ਤੀ। ਠੀਕ ਹੈ। ਜਦੋਂ ਦੇਖਣ ਆਏ ਕਹਿੰਦੇ ਜੀ ਬੈਠੇ ਸਾਰੇ ਜੀ, ਉਹ ਕਹਿੰਦੇ ਜੀ ਜ਼ਮੀਨ ਕਿੰਨੀ ਆ? ਕਹਿੰਦਾ ਜੀ 6 ਕਿले। कहते काका जी पढ़े किन्ने हुए ने? कहते आठ। चलो कहते ठीक है, पढ़ाई तू कि है ना, आईलैट्स करानी है हूं। कहते चल जूगा जी। कहते भी दाच की कुछ मांगते हो जी? कहता 6 लाख। ਉਹ ਕਹਿੰਦੇ ਜੀ ਅਸੀਂ 7 ਦੇਵਾਂਗੇ, ਪਰ ਮੁੰਡੇ ਦੇ ਗੇਰਾਂ ਦਾ ਕੰਮ ਕਰਾਓ, ਗੇਰ ਤਾਂ ਨਿਕਲ ਨਿਕਲ ਕੇ ਪੈ ਰਹੇ ਨੇ ਜੀ। ਮੁੰਡੇ ਦੇ ਗੇਰਾਂ ਦਾ ਕੰਮ ਕਰਾਉਣ ਵਾਲਾ ਇਹ ਵੀ ਹੁੰਦਾ ਨਾ। ਹਾਂਜੀ ਤੁਸੀਂ ਜਿਵੇਂ ਹੁਣ ਮੈਂ ਕਹਿੰਦਾ ਵੀ ਰੋਡ ਵੇਚਦੇ ਤਾਂ ਮਤਲਬ ਤੁਹਾਡੀਆਂ ਬੱਸਾਂ, ਤੁਹਾਡੀਆਂ ਬੱਸਾਂ ਦਾ ਵੀ ਹੁਣ ਤਾਂ ਮਤਲਬ ਤਰਖਾਹਾਂ ਤਰਖਾਹਾਂ ਦਾ ਬਹੁਤ ਔਖਾ ਹੋ ਜਾਂਦਾ, ਮਾਲਕਾਂ ਦਾ ਵੀ ਖਰਚੇ ਨਿਕਲਣੇ। ਮਾਲਕਾਂ ਦਾ ਜੀ ਹੁਣ ਜਿਹੜੀਆਂ ਪ੍ਰਾਈਵੇਟ 90% ਗੱਡੀਆਂ ਠੇਕੇ 'ਤੇ ਦੇਤੀਆਂ ਜੀ। ਠੀਕ ਆ। ਜਿਵੇਂ ਹੁਣ ਮੇਰੇ ਕੋਲ 2 ਗੱਡੀਆਂ ਨੇ ਠੇਕੇ ਤੇ ਜੀ। ਮੈਂ ਤੋਂ ਠੇਕੇ ਤੇ ਲਈਆਂ ਹੋਈਆਂ। ਹਾਂ ਜੀ ਚੜੇ ਨਾ ਚੜੇ ਕੋਈ, ਫਿਰ ਅਗਲਾ ਮਿਹਨਤ ਕਰਦਾ ਜੀ, ਕੁਛ ਮਰਜ਼ੀ ਕਰੇ ਅਗਲਾ, ਪਾਪੜ ਵੇਲੇ ਮਤਲਬ ਆਹ ਕੰਮ ਆ ਜੀ। ਹੁਣ ਤਾਂ ਸਰਮੋ ਸਰਮੀ ਚੱਲ ਰਹੀਆਂ ਨੇ ਜੀ ਗੱਡੀਆਂ। ਜੇ ਤੁਸੀਂ ਕਹੋ ਵੀ ਉਹ 'ਚ ਕੋਈ ਪ੍ਰੋਫਿਟ ਆ ਜੀ, ਪਹਿਲਾਂ ਤਾਂ ਜਿਵੇਂ ਇੱਕ ਬੰਦੇ ਕੋਲੇ 2 ਬੱਸਾਂ, ਇੰਗਲੈਂਡ ਦਾ ਪੱਕਾ ਸਮਝ ਲਾ ਉਹਨੂੰ, ਇੱਜ਼ਤਦਾਰ ਵਾਲਾ ਤਾਂ ਹੈ ਨਹੀਂ ਸੀ ਕੋਈ ਕੰਮ। ਪੈਸੇ ਦੇ ਕੇ ਚੜਨਾ ਹੀ ਜੇ ਕਿਸੇ ਨੇ ਚੜਨਾ। ਸਹੀ ਆ। ਹੁਣ ਤਾਂ ਮੈਨੂੰ ਲੱਗਦਾ ਪਾਕਿਸਤਾਨ ਵਾਲਾ ਵੀ ਨਹੀਂ ਰਿਹਾ ਹੈਗਾ ਉਹ। ਹਾਂ ਜਿਹੜੇ ਹਿਸਾਬ ਨਾਲ ਹਾਲਾਤ ਹੋਏ, ਹਾਲਾਤ ਹੋਏ। ਪਾਸ ਵਾਲੇ ਬਹੁਤ ਚੜਦੇ ਹੋਣਗੇ। ਪਾਸ ਵਾਲੇ ਤਾਂ ਪਾਸ ਵਾਲੇ ਜੀ। ਆਧਾਰ ਕਾਰਡ ਵਾਲੀਆਂ ਬੁੜੀਆਂ ਦਾ ਲਾਰ ਹੀ ਨਹੀਂ ਪੈਂਦਾ, ਤੜਕੀ ਚੱਲ ਪੈਂਦੀਆਂ ਨੇ ਜੀ। ਇਹਨਾਂ ਨੂੰ ਵੀ ਪਤਾ ਲੱਗ ਗਿਆ, ਸਾਡੀ ਗੱਡੀ ਨੂੰ ਤਾਂ ਕਹਿਣਗੇ ਤਾਂ ਦੂਜੀ ਆ, ਜਿਵੇਂ ਆਪਾਂ ਕੈਂਸਰ ਵਾਲੇ ਨੂੰ ਨਹੀਂ ਕਹਿੰਦੇ ਤੀ, ਇਹਨਾਂ ਦਾ ਦੂਜਾ ਐਂ ਕਹਿੰਦੇ ਨੇ, ਤਾਂ ਦੂਜੀ ਆ ਵੀ ਨਾ ਲੈਣ ਤੋਂ ਡਰਦ ਗਿਆ। ਹਾਂ ਸਾਨੂੰ ਦੇ ਕਿਉਂ ਕਰਨ ਤੇ ਫੋਨ ਲਾ ਕੇ ਕਰੀ ਜਾਣਗੇ, ਹੈਲੋ ਹੈਲੋ आ जा मैं ताटे ते खड़ी हाँ उही नाले फोन नहीं आया होंगे भी कितने आए ना कहन भी चढ़ी नहीं है। गाने मतलब हम बसा थोड़े टीवी लगे कहने डेकी है तो एलसीडियां सारा कुछ नहीं जी पर सुनावांगे किनू हूँ सीटां तो लाके सुना रहे जी है ना जी करती नहीं जो कोई। हाँ जी बिल्कुल हूँ गाने गुने कि सुनते कि गाने सुनते ने वाले गाने तो जी देखो हम तुमने पूछ लिया मैं तो सिद्धू मूसेवाले का फैन हाँ जी। अच्छा हाँ जी वह फैन की है एक दिन मेरा ड्राइवर कहना यार तो मलंग ती तो आए थी हाँ मैं जो तू मर गया तेनू मैं तेरे दाते मैं भी ना जावा मेरे लगता भी केड़ा चड्डू काम हाँ कहूँगा काम हो गया हाँ। ओनू करोड़ा बंदा रोक के आया हाँ। कोई कला थी मूसेवाले च हाँ। ओदी मैं रैली लाई है जी हाँ। बस नाल बंदे च निर्मता देखी मरे तो बहुत हर एक अगला वधिया कहन लग जाता हाँ। पर बंदे ने कली कली बस नाल फोटो खिचाई जी। अच्छा कले कला जेड़ा कहदा करे परवाह ही नहीं जी मन मतलब बेना वधिया बंदा सी वधिया ती ओदे फैन आ सी है हां जी ओदे फैन ओदे गाने सुनदे होने हां जी ओदे सुनदे होने हां ते एक वो पुराने पुराने गाने पुराने दे चो केड़ा वधिया लगदा पुराने तो बस च लाए नहीं सकदे जी पुराने तो सदीक होरी ने इन्हां नूं बेचारियां नूं चमकीले होरी फिर ये तो ला नहीं सकदे जी आपां बस ये तो फिर घाट पे जूगा जी ना इन्हां के घाट पे जूगा भी नाले कहंदे भी पुराने हुण गंद पैन लग गया पुराने वेले है नहीं सी ना ना ओहो हूँ तो जी तुम आए ला लो साहब हूँ की करोगे तुम है ना जी वो आए आए जी करते जी की उन्होंने तत्त तो है नहीं जी कोई है ना जी बस मॉडर्न जमाना हो गया जी है ना नहीं तुम कहने पुराने सदीक करके चंगे गाने ला नहीं सकते मैं बंदे अपने पुराने बंदे कहते साढ़े वेले गाने चंगे थोड़े वेले गांदा गांदा हाँ बिल्कुल बिल्कुल हाँ बिल्कुल जी तो फिर तुम क्यों नहीं लाते बस जी सोनू पता माहौल यह होंगे जी ਹੁਣ ਮੈਨੂੰ ਲੱਗਦਾ ਕੋਈ ਤਾਂ ਮਰਕਤ ਵਾਲਾ ਬੈਠਿਆ ਹੋਵੇ ਹਾਂ ਕੋਈ ਖੁਸ਼ੀ ਵਿਆਹ ਵਾਲਾ ਬੈਠਿਆ ਹੋਵੇ ਹਾਂ ਉਹ ਤਾਂ ਸਾਰਿਆਂ ਨੇ ਚੜਨਾ ਜੀ ਇੱਕ ਮੇਰੀ ਹੋਰ ਆ ਜੀ ਹਾਂ ਸਵਾਰੀ ਕੋਲੇ ਪੈਸੇ ਹੋਣ ਨਾ ਹੋਣ ਜਦੋਂ ਇੱਕ ਵਾਰੀ ਕਹਿੰਦਾ ਨਾ ਸਵਾਰੀ ਨੇ ਮੇਰੇ ਕੋਲੇ ਪੈਸੇ ਨਹੀਂ ਹੈਗੇ ਮੈਂ ਨਾ ਸਵਾਰੀ ਰਾਚਦਾਰੀ ਆ ਜਾਇ ਜਾਂ ਮਰਜ਼ੀ ਨੋਟ ਦਿੱਤਾ ਸਵਾਰੀ ਨੇ ਪਟਿਆ ਹੋਇਆ ਸਾਡੇ ਤਾਂ ਵਾਪ ਤੇ ਚੱਲੇ ਜਾਣਗੇ ਜੀ ਹਾਂ ਤੇ ਜਾਂ ਕਾਪੀ ਦੇ ਵਿੱਚ ਲਾ ਕੇ ਦੇ ਦਾਂਗੇ ਪਰ ਆਪਾਂ ਨੇ ਕਿਸੇ ਸਵਾਰੀ ਦਾ ਦਿਲ ਨਹੀਂ ਤੋੜਿਆ ਵੀ ਯਾਰ ਤੈਨੂੰ ਤਾਰਤਾ ਜਾਂ ਤੈਨੂੰ ਪੁੱਠਾ ਬੋਲੇ अच्छा चुकना ट्रोल आ किया तू 500 का नोट लेके आ गया ओए वो 500 का नोट दोजी तो लेके तीन बारी गेड़े मार के आया दोजी को कदे तो कहना ओनू घरों भेजते ने भी जा दोजी तो पैसे फट के लिया 1000 रुपया पहला बंदे बैठे होंगे ने 1000 मंगता शर्म मनता जी वो फिर दूजे गेड़े जाता दोजी कहता 10 बजे देखा जी फिर कितने वो 500 का नोट लिया ओनू आप पुट्ठा बोलीए जी उनके दिल से की बीतूगी सही है वे काम नहीं कदे ना 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 एक कैंसर वाली सवारी नहीं कदे तारे जी सवारी नाल सवारी होंदी आ घट्टो घट्ट आपां नूं कैंसर तां नहीं होऊगा ये सोच लैंदे जी पर परमात्मा दी कृपा नाल कदे बुखार भी नहीं चढ़िया ये जी गल नहीं अच्छा जी ना ना जी ऐ कोई जरदा जरदा ला लैंदे ना ही जरदा नहीं होंदी अच्छा ना ना बिल्कुल नहीं जेड़ा गल्ला पोस्ट हां जी की आ कदे जिवें कदे कदे सवारी वध हो जे उदे एंजॉय कर लैंदे पेग पूग भी ला लैंदे जी ਸਵਾਰੀ ਵੱਧ ਹੋਏ ਹਾਂ ਫਿਰ ਖੁਸ਼ੀ ਚ ਅੱਛਾ ਹਾਂ ਜੀ ਉਹ ਇਹ ਖੁਸ਼ੀ ਕਦੋਂ ਪਤਾ ਹੁੰਦੀ ਹੈ ਖੁਸ਼ੀ ਇੱਕ ਤਾਂ ਪੰਚਮੀ ਵਾਲੇ ਦਿਨ ਹੁੰਦੀ ਹੈ ਜੀ ਇੱਕ ਮੱਸੇ ਵਾਲੇ ਦਿਨ ਹੁੰਦੀ ਹੈ ਜੀ ਹਾਂ ਇੱਕ ਜਦੋਂ ਕੋਈ ਹੜਤਾਲ ਹੜਤੂਲ ਹੁੰਦੀ ਹੈ ਜੀ ਰੋਡਵੇਜ਼ ਦੀ ਉੱਤੇ ਤਾਂ ਫਿਰ ਸਾਰੀ ਰਾਤ ਨਹੀਂ ਸੌਂਦੇ ਜੀ ਅਸੀਂ ਅੱਛਾ ਸੋਫਨੇ ਚ ਸਵਾਰੀ ਅੱਗੇ ਕਰੀ ਜਾਂਦੇ ਪਿੱਛੇ ਕਰੀ ਜਾਂਦੇ ਚਾਹੇ ਤੜਕੇ ਨੂੰ ਹੜਤਾਲ ਖੁੱਲੇ ਜਾਵੇ ਪਰ ਉਹ ਸਾਰੀ ਰਾਤ ਫੀਲਿੰਗਾਂ ਲਈ ਜਾਂਦੇ ਵੀ ਇੰਨੇ ਪੈਸੇ ਵਰਤ ਲਏ ਕਦੇ ਉਹਦੀ ਜੇਬ ਚ ਪਾਉਣੇ ਕਦੇ ਉਹਦੀ ਜੇ ਤੜਕੇ ਦੇਖਦਾ ਵੀ ਹੜਤਾਲ ਵੀ ਖੁੱਲ ਗਈ उन्होंने कंप्रोमाइज हो गया है ना कंप्रोमाइज हो गया हाँ नहीं एक कनेक्टर बहुत आती है ना बस अगे हो जो भावें थां खाली हुण वो कम गया जी हुण तां कित्थे जी वो तां वक्त दी कोई टाइम थी अगे हो जो पिछे हो जो हुण किनूं कहांगे जी वो तां सुपन ही रह गई जी जिवें वो कहंदा ना तां सुपना हो गई पालीए मिलणों भी रह गई नहीं वो तां सुपना ही रह गया जी बस सुपना ही रह गया एक गाना मैं ਤੁਸੀਂ ਮੈਨੂੰ ਦੱਸਣ ਆ ਰਹੇ ਬਿੰਦਰ ਤੂੰ ਨਹੀਂ ਬੋਲਦੀ ਉਹ ਗਾਣਾ ਆ ਜੀ ਬਿੰਦਰ ਰੱਖੀਏ ਦਾ ਉਧਰੋਂ ਦਾ ਘਰ ਵਾਲੀ ਨੱਚ ਰਹੀ ਹੁੰਦੀ ਆ ਉਧਰੋਂ ਘਰ ਵਾਲਾ ਕਰੀ ਜਾਂਦਾ ਤੂੰ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਯਾਰ ਬੋਲਦਾ ਉਹ ਪਤੰਦਰਾ ਇਹਦੇ ਉਹ ਕੀ ਨਿਕਲਣਗੇ ਤੱਤ ਨਹੀਂ ਦੇਦੇ ਹਨਾ ਐ ਵੀ ਇਹਦਾ ਕੀ ਨਿਕਲੂਗਾ ਤੂੰ ਐ ਤਾਂ ਦੇਖ ਲਾ ਵੀ ਤੇਰੇ ਚ ਤੇਰਾ ਯਾਰ ਬੋਲਦਾ ਉਧਰੋਂ ਉਹ ਕਰੀ ਜਾਂਦੀ ਆ है ना हाँ मतलब नहीं समझ ना ना जब मतलब ये चीज़ें समझ आए भाई मतलब क्या ड्राइवर थोड़ा गर्म है ਡਰਾਈਵਰ ਗਰਮ ਵੀ ਆ ਇਮਾਨਦਾਰ ਵੀ ਆ ਜੀ। ਅੱਛਾ ਹੁਣ ਅਗਲਾ ਕਹਿੰਦਾ ਦਾ ਉਹ ਵਿੱਚ ਕਰੀ ਸੁਭਾਅ ਬਈ ਇਹਦਾ ਤਾਂ ਸੁਭਾਅ ਇਹ ਆ। ਹਾਂ ਹੁਣ ਸਵਾਰੀਆਂ ਨੂੰ ਤਾਂ ਨਹੀਂ ਪਤਾ ਵੀ ਕੀ ਆ, ਸੁਭਾਅ ਨੂੰ ਕੀ ਕਰਾਂਗੇ ਜੇ ਸਵਾਰੀ ਲਾਤੀ ਹੈ ਨਾ ਜੀ। ਇੱਕ ਵਾਰੀ ਦੀ ਗੱਲ ਆ ਜੀ, ਸਾਨੂੰ ਬਲਾਡਾ ਡਿਪੂ ਪੈਂਦਾ, ਉੱਥੇ ਬਲਾਡਾ ਡਿਪੂ ਵਾਲੇ ਕਹਿੰਦੇ ਤੁਸੀਂ ਪਟਿਆਲੇ ਦੀ ਸਵਾਰੀ ਨਹੀਂ ਲੈ ਕੇ ਜਾ ਸਕਦੇ। ਠੀਕ ਹੈ, ਮੈਂ ਸਵਾਰੀਆਂ 45 ਸਵਾਰੀਆਂ ਤੀ, ਇੱਕ ਉਹਨਾਂ ਦਾ ਪ੍ਰਧਾਨ ਤੀ ਜੋਕਰ ਜਾ ਛੋਟਾ ਜਿਹਾ, ਉਹਨੇ ਕਿਹੜਾ ਭਰਤੀ ਹੋਣਾ ਤੀ। ਮੈਂ ਉਹਨਾਂ ਨਾਲ 80 ਰੁਪਏ ਰੇਟ ਮੁਕਾ ਲਿਆ ਜੀ। ਚਲੋ ਮੈਂ ਬਲਾਡੇ ਵਾਲਿਆਂ ਨੂੰ ਕਿਹਾ ਭਾਈਚਾਰੇ ਤੌਰ ਤੇ ਡਿਪੂ ਵਧੀਆ ਉਹ ਬਲਾਡਾ, ਮੈਂ ਉਹਨਾਂ ਨੂੰ ਰਿਕੁਐਸਟ ਕਰੀ ਮਾਂ ਯਾਰ ਤੁਹਾਡੀ ਮਰਜ਼ੀ ਆ, ਇਹ ਕਿਹੜਾ ਦਿਨ ਰੋਜ਼ ਰੋਜ਼ ਆਉਣਗੇ, ਚੱਲ ਮੈਂ ਵੀ 2 ਰੁਪਏ ਬਣਾ ਲੂੰਗਾ ਯਾਰ ਹੈਨਾ। ਉਹ ਕਹਿੰਦੇ ਯਾਰ ਵਗ ਜਾ, ਮੇਰਾ ਡਰਾਈਵਰ ਕਹਿੰਦਾ ਮੈਂ ਆਵਾਂ ਥੱਲੇ ਉਤਰ ਕੇ, ਮੈਂ ਨਾ ਬਾਈ ਬਣ ਕੇ ਉੱਤੀ ਰਿਹਾ ਹੈਨਾ, ਕਿਉਂ ਗਰਮ ਧੜੇ ਦਾ ਮਾਨਦਾਲ ਜਿਵੇਂ ਮਾਨਦਾਲ ਵਾਲੇ ਨੇ। ਤੇ ਮੁੜ ਕੇ ਭਾਈ ਉਹ ਜਿਹੜਾ ਭਰਤੀ ਨਹੀਂ ਹੋਣਾ ਟਾਕੀ 'ਚ ਖੜਿਆ ਜੀ, ਉਹ ਕਦੇ ਥੱਲੇ ਹੋ ਜਾ ਕਰੇ, ਕਦੇ ਉੱਤੇ ਹੋ ਜਾ ਕਰੇ, ਕਦੇ ਸੈਲਫੀ ਲੈ ਲਾ ਕਰੇ ਆਏ ਆਏ ਕਰਕੇ। ਉਹਨੂੰ ਕਹਿੰਦਾ ਹੈਲੋ, ਕਹਿੰਦਾ ਜਾਂ ਥੱਲੇ ਹੋ ਜਾ ਜਾਂ ਉੱਤੇ ਹੋ ਜਾ। ਉਹ ਭਾਈ ਉਹਨੂੰ ਵੀ ਗੁੱਸਾ ਜਾ ਆ ਗਿਆ। ਮੈਂ ਉਹਨੂੰ ਆਖਿਆ ਵੀਰ ਬਣ ਕੇ ਜੇ ਥੱਲੇ ਹੋ ਗਿਆ 44 ਬੰਦੇ ਹੋਰ ਇਹਦੇ ਨਾਲ ਥੱਲੇ ਹੋ ਜਾਣਗੇ, 80 ਨਾਲ ਗੁਣਾ ਕਰਕੇ ਦੇਖ ਕਿੰਨੇ ਪੈਸੇ ਬਣ ਗਏ ਹਨਾ ਜੀ। ਤੂੰ ਚੁੱਪ ਕਰ ਜਾ ਯਾਰ ਨਾ ਐਂ ਵੀ ਬਸ ਹਾਂ ਜੀ। ਇੱਕ ਦੱਸ ਰਹੇ ਦਾਰੂ ਪੀਤੀ ਵਾਲਾ ਬੰਦਾ ਚੜ ਕੇ ਰਾਤ ਨੂੰ ਕੀ ਸੀਗਾ, ਡਰਾਈਵਰ ਕਹਿੰਦਾ ਦਾਰੂ ਪੀਤੀ ਵਾਲਾ ਨਾ। ਹਾਂ ਜੀ ਉਹ ਦਾਰੂ ਪੀਤੀ ਨੀ ਜੀ, ਜਾਖਲ ਪੈਂਦਾ ਸਾਡੇ ਹਰਿਆਣਾ ਪੈਂਦਾ ਵਿੱਚ। ਜਦੋਂ ਮੂਣਕ ਜਾਖਲ ਹੋ ਕੇ ਆਉਣੇ ਅਸੀਂ ਪਟਿਆਲਾ, ਉੱਥੇ ਦਾਰੂ ਸਸਤੀ ਆ ਜੀ। ਅੱਛਾ ਲੋਕ ਸਪੈਸ਼ਲ ਦਾਰੂ ਪੀਣੇ ਜਾਂਦੇ ਨੇ ਜੀ ਉੱਥੇ। ਠੀਕ ਹੈ, ਉਹ ਮੇਰਾ ਡਰਾਈਵਰ ਕਹਿੰਦਾ ਹੈਲੋ, ਉਹ ਕਹਿੰਦਾ ਹਾਂ, ਕਹਿੰਦਾ ਦਾਰੂ ਪੀਤੀ ਹੋਈ ਆ, ਕਹਿੰਦਾ ਹਾਂ, ਕਹਿੰਦਾ ਬੱਸ ਚ ਨਾ ਚੜੀ, ਕਿਉਂ ਕਹਿੰਦਾ ਸਾਲਾ ਖੰਡ ਪਾਠ ਪ੍ਰਕਾਸ਼ ਕਰਾਇਆ ਹੋਇਆ, ਉਹ ਤਾਂ ਕਹਿੰਦਾ ਇਹ ਜਾਂ ਕੁਛ ਚੜੂਗਾ, ਇਹ ਗੱਲ ਆ ਜਾਂਦੀ ਆ। ਹਾਂ ਜੀ ਬਿਲਕੁਲ ਨਹੀਂ। ਤੁਸੀਂ ਮਤਲਬ ਤੁਸੀਂ ਆਪ ਤੇ ਕੰਮ ਚ ਮਤਲਬ ਗਾਂ ਬੱਚੇ ਬੱਚੇ ਤਾਂ ਹਾਲੇ ਛੋਟੇ ਨੇ ਜੀ, ਤੂੰ ਤਾਂ ਹੋਰ ਕੁਛ ਕਰਾਵਾਂਗੇ ਜੀ ਹਾਲੇ ਹਨਾ। ਉਹ ਬੱਚਿਆਂ ਦੀ ਸੁਣ ਲਓ ਗੱਲ, ਜਿਹੜਾ ਮੇਰੇ ਮੁੰਡੇ ਦਾ ਸਕੂਲ ਆ ਪੈਰਾਡਾਈਜ਼ ਇੰਟਰਨੈਸ਼ਨਲ ਪਬਲਿਕ ਸਕੂਲ ਦਫ਼ਤਰੀ ਵਾਲਾ, ਉਹ ਵੀ ਕੰਜਰ ਦਾ ਪੁੱਤ ਕਰੀ ਜਾਂਦਾ ਡੈਡੀ ਤੇਰੀ ਬੱਸ ਅੱਜ ਇੰਨੇ ਵਜੇ ਲੰਘੀ ਤੀ। ਮੈਂ ਤੂੰ ਪੜ੍ਹ ਲਿਆ ਕਰ, ਕਹਿੰਦਾ ਅੱਜ ਇੰਨੇ ਵਜੇ ਤੀ ਤੂੰ ਫਲਾਣੇ ਥਾਵੇਂ ਖੜਿਆ ਤੀ। ਉਹਦੀ ਨਿਗਾਹ ਵਿੱਚ ਹੀ ਹੁੰਦੀ ਆ, ਪਰ ਪੜ੍ਹਦਾ ਤਾਂ ਵਧੀਆ ਜੀ। ਠੀਕ ਹੈ, ਉਹਦੀ ਨਿਗਾਹ ਤੁਹਾਡੇ ਚ ਹੁੰਦੀ। ਹਾਂ ਰਾਤ ਨੂੰ ਫਿਰ ਕਿੰਨੇ ਵਜੇ ਘਰੇ ਵੜ ਜਾਂਦੇ ਆ? ਰਾਤ ਨੂੰ ਜੀ 7:30 8 ਵਜੇ ਜੀ ਹੋ ਜਾਂਦਾ ਹੈ। ਹਾਂ ਜੀ ਹੋ ਜਾਂਦਾ, ਜੇ ਬਰਾਤ ਬਰੂਤ ਲੈ ਕੇ ਜਾਈਏ ਫਿਰ 12-1 ਵੀ ਬਚ ਜਾਂਦਾ ਜੀ। ਫਿਰ ਬਰਾਤ ਜਿਵੇਂ ਤੁਹਾਡੇ ਕੋਲ 2 ਬੱਸਾਂ ਬਰਾਤ ਤੇ ਫਿਰ ਕਿਵੇਂ ਕਰਦੇ ਆ? ਬਰਾਤ ਆ ਜੇ ਫਿਰ ਸਾਡੇ ਕੋਲ 35 ਬੱਸਾਂ ਨੇ ਜੀ। ਅੱਛਾ ਉਧਰ ਮਾਲਕਾਂ ਦੀਆਂ? ਠੀਕ ਹੈ। ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ। ਨਾਲੇ ਤੁਸੀਂ 2 ਠੇਕੇ ਤੇ ਮੇਰੇ ਕੋਲੇ? ਹਾਂ ਉਹ ਠੇਕੇ ਤੇ ਮਾਲਕਾਂ ਦੀ ਨੇ ਜੀ, ਉਹ ਬਾਕੀ ਟੂਰਿਸਟ ਵੀ ਨੇ ਵਧੀਆ ਆਈ ਪਾਈ ਗੱਡੀਆਂ। ਅੱਛਾ ਹਾਂ ਜੀ ਵਧੀਆ, ਮਤਲਬ ਮਾਲਕ ਇੰਨੇ ਨਰਮ ਨੇ ਜੀ, ਹਾਂ ਤੁਸੀਂ ਸੋਚ ਵੀ ਨਹੀਂ ਸਕਦੇ। ਠੀਕ ਹੈ, ਮਾਲਕ ਨੇ ਸਾਨੂੰ ਬਾਈ ਕਹਿਣਾ ਜੀ ਜਿਵੇਂ ਗੱਲ ਹੋਊਗੀ। ਹਾਂ ਬਾਈ ਨਹੀਂ ਵਿੱਚ ਦੇਖੀ ਆਪਾਂ ਨੇ ਕਹੇ ਜੇ ਹੁੰਦੇ ਨੇ। ਅੱਜ ਤੱਕ ਮਾਲਕ ਨੇ ਆਪਦੇ ਕੋਲੋਂ ਬੰਦਾ ਹਟਾਇਆ ਨਹੀਂ, ਆਪਦੀ ਮਰਜ਼ੀ ਜਦੋਂ ਮਰਜ਼ੀ ਹਟ ਕੇ ਜਦੋਂ ਮਰਜ਼ੀ। ਕਹਿੰਦੇ ਕੁੱਟਦੇ ਵੀ ਹੁੰਦੇ ਆ? ਨਹੀਂ 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 ਉਹ ਕੋਈ ਦੌਰ ਤੀ ਜੀ ਪਹਿਲਾਂ ਦੀ ਗੱਲ ਆ, ਪਰ ਸਾਡੇ ਵਾਲੇ ਨਹੀਂ ਨਾ ਨਾ ਨਾ। ਪਾਤੜਾਂ ਦੇ ਜਿੰਨੀਆਂ ਕੰਪਨੀਆਂ ਨੇ ਸਾਰੀ ਨਰਮ ਨੇ ਜੀ। ਅੱਛਾ ਜੀ, ਸਭ ਤੋਂ ਵੱਡੀ ਗੱਲ ਤਾਂ ਮਹਾਜਨਾਂ ਦੀਆਂ ਕੰਪਨੀਆਂ ਨੇ, ਮਤਲਬ ਲਾਲਿਆਂ ਦੀਆਂ। ਇਹ ਲਾਲਾ ਸੋਚ ਸਮਝ ਕੇ ਗੱਲ ਕਰਦਾ ਹੁੰਦਾ ਜੀ। ਹਾਂ ਜਿਹੜੇ ਜਿਹੜੇ ਪਹਿਲਾਂ ਜੱਟਾਂ ਦੀਆਂ ਕੰਪਨੀਆਂ ਉਹ ਤਾਂ ਪੁੱਟ ਦਿੰਦੇ ਸੀ ਫੜ ਕੇ, ਪੰਡੀ ਲਾ ਕੇ ਆਉਂਦਾ ਜੀ। ਖਤਮ ਹੋ ਗਈਆਂ ਜੀ ਉਹ, ਹੈ ਖਤਮ ਹੋ ਗਈਆਂ ਜੀ। ਜਿਹੜੇ ਆਏ ਕੁੱਟਦੇ ਤੀ ਡਰਾਈਵਰ ਕਨੈਕਟਰ ਕੁੰਡੀ ਵੀ ਲਾ ਜਾਂਦੇ ਆ ਨਾ? ਨਹੀਂ ਹੁਣ ਤਾਂ ਕੁੰਡੀ ਵਾਲਾ ਕੰਮੇ ਗਿਆ ਜੀ, ਹੁਣ ਤਾਂ ਠੇਕੇ ਤੇ ਹੋ ਗਿਆ ਬੱਸਾਂ। ਕੋਈ ਚੜੇ ਨਾ ਚੜੇ, ਮੰਨ ਲਾ ਹੁਣ 100 ਤੋਂ 3200 ਰੁਪਇਆ ਕਰ ਲਿਆ ਤੁਹਾਡੇ ਨਾਲ, ਸੋਨੇ 3200 ਰੁਪਇਆ ਦੁਪਹਿਰੇ ਫੜਾ ਦੇਣਾ 1 ਵਜੇ, ਚੜੇ ਤੁਹਾਡੇ ਨਾਲ ਨਾ ਚੜੇ, ਆਏ ਨਹੀਂ ਪਤਾ ਵੀ ਤੁਹਾਨੂੰ 3200 4000 ਵੀ ਹੋ ਜੇ, ਉਹ 800-900 ਦਿਹਾੜੀ ਪੈ ਜੇ ਕੋਈ 1500-2000 ਕਹਿੰਦੇ ਡਰਾਈਵਰ ਵੀ ਘੱਟ ਵੀ। ਹਾਂ ਡਰਾਈਵਰ ਨੂੰ ਵੀ ਆਪਣੇ ਦੇਣੇ ਹੁੰਦੇ ਜੀ। ਅੱਛਾ ਹਾਂ ਫਿਰ ਤਾਂ ਬਾਈ 3200 ਉਹਨਾਂ ਨੂੰ ਦੇਤਾ, ਡਰਾਈਵਰ ਨੂੰ ਕਿੰਨਾ? ਡਰਾਈਵਰ ਨੂੰ 500-600 ਗੱਡੀ ਦੇ ਹਿਸਾਬ ਨਾਲ ਜਿੰਨੀ ਬੱਚਤ ਹੋਊਗੀ ਗੱਡੀ ਦੇ ਹਿਸਾਬ ਨਾਲ। ਹਾਂ ਮਤਲਬ 3700 ਹੋ ਗਿਆ। ਤੇ ਫਿਰ ਜੇ ਕੋਈ 4-5000 ਕਮਾਓ ਫਿਰ ਤੁਹਾਨੂੰ ਮਾੜਾ ਬੜਾ ਬਾਈ ਦੋ ਨਾ? ਨਹੀਂ ਜੀ ਆਏ ਤਾਂ ਹੁਣ ਸੂਤ ਆਏ ਤਾਂ ਕਈ ਵਾਰੀ ਵਧੀਆ ਵੀ ਹੋ ਜਾਂਦਾ, ਕਈ ਵਾਰੀ ਕਈ ਦਿਨ ਲੱਗ ਜਾਂਦੇ ਨੇ। ਡੀਜ਼ਲ ਵੀ ਆਪਦਾ ਹੋਊਗਾ? ਹਾਂ ਡੀਜ਼ਲ ਵੀ ਆਪਦਾ। ਹਾਂ ਮਹਿੰਗਾ ਪੈ ਜਾਂਦਾ ਕੰਮ ਹਨਾ? ਮਹਿੰਗਾ ਤਾਂ ਜੀ ਫਿਰ ਹੁਣ ਬੇਰੁਜ਼ਗਾਰੀ ਆ ਜੀ, ਹੋਰ ਕੰਮ ਵੀ ਨਹੀਂ ਹੈਗੇ। ਕੰਮ ਤਾਂ ਵਧੀਆ ਤੀ ਇਹ ਕਰ, ਹੁਣ ਆਧਾਰ ਕਾਰਡ ਤੋਂ ਬਾਅਦ ਮਾੜਾ ਹੋ ਗਿਆ ਜੀ। ਆਧਾਰ ਕਾਰਡ ਤੋਂ ਬਾਅਦ ਬਿਲਕੁਲ ਜੀ। ਤੇ ਤੁਸੀਂ ਜਿਵੇਂ ਹੁਣ ਤੁਸੀਂ ਹੁਣ ਕਰ ਰਹੇ ਹੋ ਕੰਮ ਨੂੰ, ਹੋਰ ਕਿੰਨਾ ਚਿਰ ਐਂ ਲੱਗਦਾ ਵੀ ਇਹ ਕਰ ਕਰੋਗੇ ਲਗਾਤਾਰ? ਲਗਾਤਾਰ ਜੀ ਇਹ ਤਾਂ ਜੀ ਬਸ ਇੱਕ ਦੂਜੇ ਨੂੰ ਦੇਖ ਕੇ ਚੱਲਦੇ ਰਹਿਣੇ ਜੀ। ਸਰਮੋ ਸਰਮੀ ਜੀ। ਬਿਲਾਲ ਸਾਹਿਬ ਵਿੱਚ ਵਧੀਆ ਡੀਪੂ ਤੇ ਡਿਪੈਂਡ ਕਰਦਾ ਜੀ। ਜਿਵੇਂ ਜਿਹੜਾ PRTC ਦਾ ਡੀਪੂ ਆ ਉਹਦੇ ਬੰਦੇ ਤੁਹਾਡਾ ਉੱਥੇ ਬਿਹਾਰ ਵਧੀਆ ਜੀ, ਉਹਦੇ ਮੁਲਾਜ਼ਮ ਹੈ। ਜਿਵੇਂ ਹੁਣ ਸਾਨੂੰ ਪਟਿਆਲਾ ਤੇ ਬਲਾਡਾ ਪੈ ਗਈ ਜੀ, ਇਹਨਾਂ ਨਾਲੇ ਸਾਡਾ ਹੋਇਆ ਜੀ। ਜਿਹੜਾ ਬਲਾਡਾ ਡੀਪੂ ਆ ਭਾਈਚਾਰੇ ਤੌਰ ਤੇ ਵਧੀਆ ਜੀ। ਪਟਿਆਲਾ ਵੱਡਾ ਡੀਪੂ ਆ, ਉੱਥੇ ਕੋਈ ਆਇਆ ਉਹ ਨਹੀਂ ਹੈਗਾ, ਪੁੱਛ ਗਿੱਛ ਹੈ ਨਹੀਂ ਗੀ। ਵਿਚਾਲੇ ਸੰਗਰੂਰ ਡੀਪੂ ਰਹਿ ਗਿਆ ਜੀ ਸਾਈਡ ਤੇ ਲੜਾਈ ਵਾਲਾ, ਉਹਦੇ ਵਿੱਚ ਆਪਣੇ ਟਾਈਮ ਨਹੀਂ ਹੈਗੇ ਜੀ। ਠੀਕ ਆ। ਹਾਂ ਜੀ, ਭਾਈਚਾਰੇ ਤੌਰ ਤੇ ਕਪੂਰਥਲਾ ਟਾਈਮ ਪਿੱਛੇ ਬਹੁਤ ਲੜਦੇ ਕੈਨੇਡਾ ਨਾ ਆਪਸ ਟਾਈਮ ਪਿੱਛੇ ਜੀ। ਹਾਂ ਹੁਣ ਨਹੀਂ ਉਹ ਗੰਮਾ ਹੈਗੇ ਜੀ। ਕਿਆ ਨਾ ਜੀ, ਹੁਣ ਤੋਂ ਤੁਹਾਨੂੰ ਪਤਾ ਖਾਲੀ ਗੱਡੀਆਂ ਹੁੰਦੀਆਂ ਨੇ, ਹੁਣ ਤੋਂ ਹੀ ਅਡਵਾਂਸ ਵੜ ਜਾਂਦੀਆਂ ਨੇ ਜੀ। ਪਹਿਲਾਂ ਗੱਡੀਆਂ ਭਰਤੀਆਂ ਤੀਆਂ ਜੀ, ਲੇਟ ਹੁੰਦੀਆਂ ਤੇ ਗੱਡੀਆਂ। ਹਾਂ ਇਹ ਚੱਕਰ ਹੈ। ਨਹੀਂ ਤੁਹਾਡੇ ਜਿਵੇਂ ਬੱਸ ਬੁਸ ਚੱਲਦੀ ਹੈ ਤੁਹਾਡੇ ਦਾ ਰੂਟ, ਤੁਸੀਂ ਕਿਹਾ ਸਲੋ ਹੈ ਨਾ, ਐਕਸੀਡੈਂਟ ਤੋਂ ਬਚ ਰਹੇ ਜਾਂਦੀ ਹੋ? ਹਾਂ ਬਿਲਕੁਲ ਜੀ ਬਿਲਕੁਲ। ਜਿਹੜੇ ਵੱਡੇ ਰੂਟ ਤੇ ਰੂਟ ਉਹਨਾਂ ਦਾ ਨੁਕਸਾਨ ਵੀ ਹੋ ਜਾਂਦਾ। ਹਾਂ ਜੀ, ਰੂਟ ਤਾਂ ਲੰਮੇ ਨੇ ਸਾਡੇ ਵੀ ਜੀ। ਬਲਾਡੇ ਤੋਂ ਪਟਿਆਲਾ ਜੀ। ਅੱਛਾ, ਮਤਲਬ 80 ਕਿਲੋਮੀਟਰ ਤਾਂ ਜੀ ਜਮੀ ਹੌਲੀ ਰਫਤਾਰ ਨਾਲ ਚੱਲੂਗੀ ਗੱਡੀ। ਕਿੰਨੀ ਰਫਤਾਰ ਨਾਲ? ਉਹ ਕਦੇ 40 ਦੇ ਕਦੇ 30 ਦੇ। ਅੱਛਾ, ਇੱਥੋਂ ਟਰੈਕਟਰ ਵੀ ਕੋਲ ਦੀ ਲੰਘ ਜਾਂਦਾ ਜੀ। ਅੱਛਾ, ਪਟਿਆਲਾ। ਫਿਰ ਉਦੋਂ ਬਾਅਦ ਚੁਗਾ ਖਿੱਚ ਕੇ ਜਾਣਾ ਪੈਂਦਾ ਜੀ। ਸਵਾ ਘੰਟੇ ਚ ਪਟਿਆਲੇ ਲਾਉਣੀ ਹੁੰਦੀ ਆ ਪਾਤਣਾ ਤੋਂ ਜੀ। ਉੱਥੇ ਗੱਡੀ ਖਿੱਚ ਕੇ ਵੀ ਜਾਂਦੇ ਆ, ਫਿਰ ਸਵਾਰੀਆਂ ਕਰੀ ਜਾਣਗੇ। ਪਹਿਲਾਂ ਤਾਂ ਕੀ ਖਾਦਾ ਹੋਇਆ ਸੀ, ਹੁਣ ਇਹਨੇ ਕੀ ਖਾ ਲਿਆ। ਪਹਿਲਾਂ ਤਾਂ ਹੌਲੀ ਕਰਕੇ ਕਹਿਣੀ ਆ, ਜਮੀ ਹੌਲੀ ਜਾ ਰਿਹਾ ਬਲਿੰਦਰ, ਫਿਰ ਖੜੀਆਂ ਹੋ ਜਾਣਗੀਆਂ, ਆਹ ਕੀ ਕਰ ਲਿਆ ਤੈਨੂੰ ਭਜਾਈ ਜਾਂਦਾ। ਆਹ ਚੱਕਰ ਆ ਜੀ, ਆਹ ਚੱਕਰ। ਹਾਂ ਜੀ, ਇਹ ਚੀਜ਼ ਦਾ ਫਰਕ ਪੈਂਦਾ। ਮਤਲਬ ਤੁਹਾਡਾ ਉਧਰ ਤੁਸੀਂ ਕਹਿੰਦੇ ਵੀ ਜ਼ਿਆਦਾਤਰ ਬੱਸਾਂ ਉੱਥੇ ਇਹਨਾਂ ਰੂਟਾਂ ਦੇ ਉੱਤੇ ਪ੍ਰਾਈਵੇਟ ਕਿ ਸਰਕਾਰੀ ਟਾਈਮ ਵੀ ਬਹੁਤ ਹੈਗੇ? ਨਹੀਂ, ਸਾਡੇ 3-4 ਟਾਈਮ ਨੇ ਪ੍ਰਾਈਵੇਟ ਜੀ। ਉੱਥੇ ਮਲੱਪਰੀ ਆਈ ਸਾਡੀ। ਅੱਛਾ, ਉਹਦਾ PRTC ਤੇ ਮਲੱਪਰੀ ਆ, ਉਹਦੇ ਵਿੱਚ ਸਾਡੇ 3-4 ਟਾਈਮ ਨੇ ਜੀ। ਅੱਛਾ, ਪੁਰਾਣੇ ਨੇ ਮਾਲਕਾਂ ਦਾ। ਤੁਹਾਡੀ ਕੰਪਨੀ ਦੇ ਕਿ ਹੋਰਾਂ ਦੇ ਵੀ ਹੈਗੇ? ਇੱਕ ਕੰਪਨੀ ਦੇ ਹੋਰ ਨੇ। ਠੀਕ ਆ, 2 ਕੰਪਨੀਆਂ ਦੇ ਨੇ ਜੀ। ਉਹਦੇ ਵਿੱਚ ਪਾਤਰਾ ਪਟਿਆਲਾ ਜੀ ਟਾਈਮ। ਉਹ ਵੀ ਲਾਈਟਰਾਂ ਦੇ ਕੁੱਟ ਪਏ ਥੋੜੇ ਤਾਂ ਨਹੀਂ ਪਈ ਕਿਤੇ? ਨਾ ਬਿਲਕੁਲ ਨਹੀਂ, ਕੁੱਟ ਵਾਲੇ ਕੰਮ ਨਹੀਂ ਕਰਦੇ ਜੀ ਆਪਾਂ। ਚੁੱਪ ਹੁਣ ਕੁੱਟ ਵਾਲੀ ਗੱਲ ਸੁਣ ਲਓ ਜੀ। ਇੱਕ ਵਾਰੀ ਜਿਹੜੇ ਸ਼ਰਾਬ ਦੇ ਠੇਕੇ ਵਾਲੇ ਹੁੰਦੇ ਨੇ, ਇਹਨਾਂ ਦੀ ਸਰਕਾਰੀ ਦੁਬਾਰੇ ਚੱਲਦੀ ਹੁੰਦੀ ਹੈ ਜੀ। ਸਾਈਡ ਪਿੱਛੇ ਉਹ ਬੰਦਾ ਮੇਰੇ ਨਾਲ 3 ਵਾਰੀ ਲੜਨ ਆਇਆ ਜੀ। ਮੇਰਾ ਡਰਾਈਵਰ ਕਹਿੰਦਾ ਦੇਖੀ ਜੱਟ ਨੂੰ ਮਹਾ ਕੁਛ ਨਹੀਂ ਹੁੰਦਾ, ਤੂੰ ਠੰਡਾ ਰਹਿ। ਉਦੋਂ ਬਾਅਦ ਚ ਉਹ ਮੈਨੂੰ ਪੌੜੀਆਂ ਤੇ ਮਿਲਿਆ ਜੀ ਬੰਦਾ। ਅੱਛਾ, ਕਹਿੰਦਾ ਭਾਈ ਜੇ ਉਦੋਂ ਤੂੰ ਮੇਰੇ ਨਾਲ ਲੜ ਪੈਂਦਾ ਸ਼ਾਇਦ ਮੈਂ ਆਹ ਕੰਮ ਨਾ ਹੁੰਦਾ। ਅੱਧੀ ਟੇਟ ਤਾਂ ਹੋ ਗਈ, ਕਹਿੰਦਾ ਮੇਰੀ ਲੰਗੜਾ ਕਰਤਾ। ਪਹਿਲਾਂ ਤਾਂ ਪੌੜੀਆਂ ਧਰੀਆਂ, ਧਰ ਕੇ ਮੈਨੂੰ ਕਹਿੰਦਾ ਅੱਧੀ ਟਿਕਟ ਦੇ, ਕਹਿੰਦਾ ਮੈਨੂੰ ਜਾਣਦਾ ਮਾਨਾ। ਕਹਿੰਦਾ ਮੈਂ ਤੇਰੇ ਮਗਰ 3 ਵਾਰੀ ਲੜਨ ਆਇਆ ਸੀ। ਕਿਉਂ ਠੇਕੇਦਾਰ ਤੀ ਜੀ ਨਾਲ ਕਰਿੰਦੇ। ਕਹਿੰਦਾ ਹੁਣ ਮੇਰਾ ਬੁਰਾ ਹਾਲ ਆ ਜੀ। ਮਤਲਬ ਜੇ ਉਹ ਆਪਾਂ ਚੁੱਪ ਕਰ ਗਏ ਹੁੰਦੇ, ਜੇ ਆਪਾਂ ਲੜ ਪੈਂਦੇ, ਉਹ 12-13 ਜਾਣੇ ਤੀ, ਅਸੀਂ 2 ਜਾਣੇ ਤੀ, ਨਾਲ ਤਾਂ ਬੇਇੱਜ਼ਤੀ ਹੁੰਦੀ ਜੀ ਹਨਾ। ਇੱਕ ਚੁੱਪ 100 ਨੂੰ ਹਰਾਵੇ ਹਨਾ ਜੀ, ਚੁੱਪ ਕਰਕੇ। ਹੁਣ ਉਹ ਪੌੜੀਆਂ ਤੇ ਚੱਲਦਾ ਜੀ, ਉਹ ਤੇ ਰੇੜੀ ਜੀ ਤੇ ਜੀ, ਐਂ ਕਰਕੇ। ਤੁਸੀਂ ਮਤਲਬ ਉਹਦੇ ਲੜ ਪਏ ਤੁਹਾਡੇ ਸਿਰ ਪੈ ਜਾਂਦਾ ਹਨਾ? ਹਾਂ ਜੀ ਹਾਂ, ਉਹ ਸਾਨੂੰ ਰੇੜੀਆਂ ਤੇ ਕਰ ਦਿੰਦੇ ਜੀ। ਵਕਤ ਦੇਖ ਕੇ ਸਾਰਾ ਕੁਝ। ਜੋ ਤੁਸੀਂ ਦਫ਼ਤਰ ਆਏ ਸਾਡੇ ਇੱਕ ਬੰਦੇ ਬਾਰੇ ਤੁਸੀਂ ਕੀ ਆਂਦੇ ਸੀਗੇ? ਉਹ ਬੇਚਾਰਾ ਇੱਕ ਸੈਕਿੰਡ ਹੈਂਡ ਜਾਂ ਤੀਜੀ ਛੋਟੇ ਦਫ਼ਤਰ ਪੱਕੇ ਜਿਹੇ ਰੰਗ ਦਾ ਮੁੰਡਾ, ਉਹਨੇ ਮੈਨੂੰ ਚਾਹ ਪਿਲਾਈ। ਮੈਂ ਚਾਹ ਪਿਲਾ ਕੇ ਵਧੀਆ ਪੈਕਟ ਦਿੱਤੀ। ਉਹ ਮੈਂ ਦੂਜੇ ਮੁੰਡੇ ਨੂੰ ਆਖਿਆ ਮੈਂ ਯਾਰ ਇਹਨੂੰ ਵੀ ਕੁਝ ਸਿੱਖਿਆ ਦੋ ਬੇਚਾਰੇ ਨੂੰ। ਉਹਨੇ ਜਦੋਂ ਕੈਮਰੇ ਕੂਮਰੇ ਜੇ ਸਾਰੇ ਕੁਝ ਉਹਨੇ ਫਿੱਟ ਕਰੇ। ਮੈਂ ਆਖਿਆ ਤੂੰ ਤਾਂ ਮੇਨ ਆ ਫਿਰ ਉਰੇ। ਦੇਖਣ ਨੂੰ ਸੈਕਿੰਡ ਹੈਂਡ ਜਿਹਾ ਲੱਗਦਾ ਤੀ ਉਹ। ਨਹੀਂ ਪਤਾ ਵੇਰੀਆ ਦਾ ਨਾ ਵਧੀਆ ਜੀ, ਬਿਲਕੁਲ ਨਾ ਵਧੀਆ। ਟੀਮ ਤੁਹਾਡੀ ਸਾਰੀ ਵਧੀਆ ਜੀ, ਵਧੀਆ ਪਿਆਰ ਦਿੱਤਾ। ਐਂ ਲੱਗਦਾ ਜਿਵੇਂ ਖਾਸੇ ਚਿਰ ਦੇ ਜਾਣਦੇ ਹੋਈਏ ਇੱਕ ਦੂਜੇ ਨੂੰ। ਮੇਰੇ ਤਾਂ ਆਪਾਂ ਪਹਿਲੀ ਵਾਰੀ ਆ, ਪਰ ਸਾਨੂੰ ਐਂ ਰਿਹਾ ਸਾਡੇ ਮਨ ਚ ਸੀ ਯਾਰ ਬਈ ਬੰਦਾ ਬੈਠਾ ਇੰਤਜ਼ਾਰ ਕਰੀ ਜਾਂਦਾ ਯਾਰ ਸਾਨੂੰ। ਚਲੋ ਭਾਈ ਮੈਂ ਫੀਲਿੰਗ ਲੈ ਜਾ ਕਰਾਂ, ਮੈਂ ਸਾਰਿਆਂ ਨੂੰ ਦਿਖਾਇਆ ਕਰਾਂ। ਇਹ ਫੋਨ ਕਰਕੇ ਨਾ ਕੁਝ ਲਿਖਿਆ ਮਨਿੰਦਰਜੀਤ ਸਿੰਘ ਸਿੱਧੂ ਲੋਕ ਆਵਾਜ਼ ਚੈਨਲ। ਮੈਂ ਆਏ ਉੱਤੇ ਆਏ ਕਾਇ ਕਰ ਕਦੇ ਕਰ ਲਾ ਕੀ ਹੋਏ ਤੂੰ ਜਾਣਦਾ? ਮੈਂ ਕਹਦਾ ਕਰਾ ਹਾਂ ਮੈਂ ਜਾਣਦਾ, ਸਾਡਾ ਤਾਂ ਰਿਸ਼ਤੇਦਾਰੀ ਵਾਲਾ ਕੰਮ ਆ। ਹਾਲੇ ਮਿਲੇ ਹੈ ਨਹੀਂ ਇਹ ਨਾ। ਸਹੀ ਹੈ ਬਈ, ਅੱਗਾ ਲਾਣਾ ਜਿਹੜੇ ਆਪਣੇ ਆ ਬੰਦੇ ਹੋਗੇ ਸੰਗਰੂਰ ਵਾਲੇ ਤੁਸੀਂ ਠੀਕ ਕਹਿ ਰਹੇ ਆ ਨਾ। बिल्कुल जी बिल्कुल। ਇਹਨਾਂ ਦੇ ਦਿਲ ਚ ਪੁੰਨ ਪਾਪ ਨਹੀਂ ਹੈਗਾ ਜੀ, ਘੱਟ ਹੈ ਨਾ। ਨਾ ਕੋਈ ਬੰਦੇ ਲੱਗਦਾ ਵੀ ਨਹੀਂ ਹੁੰਦਾ, ਉੱਥੇ ਵੀ ਸੀ ਲਾ ਦਿੰਦੇ ਨੇ। ਉਹ ਕੁਆਰਕ ਵਾਲੇ ਚ ਸੀ ਸੀ 30.5 ਸੰਗਰੂਰ। ਸਾਡਾ ਨਹੀਂ ਕਸੂਰ, ਸਾਡਾ ਜ਼ਿਲ੍ਹਾ ਸੰਗਰੂਰ। ਮੈਂ ਤਾਂ ਵੈਸੇ ਪਟਿਆਲੇ ਜ਼ਿਲ੍ਹੇ ਦਾ ਹੀ। ਅੱਛਾ। ਹੱਥ ਤੇ ਪੈ ਜਾਂਦਾ ਪਹਿਲਾ ਪਿੰਡੇ ਸਾਡਾ ਜੀ ਪਟਿਆਲੇ ਦਾ ਹੈ। ਪਟਿਆਲੇ ਦਾ ਪਟਿਆਲਾ ਸ਼ੁਰੂ ਹੋ ਜਾਂਦਾ ਜਿੱਥੋਂ ਹੀ। ਉਹ ਬੰਦੇ ਵਧੀਆ ਦੇਸੀ ਬੰਦੇ ਆਪਣੇ ਸਾਰੇ ਮਾਲਵਾ ਮਾਨਸਾ ਬਰੰਡਾ ਸੰਗਰੂਰ ਇਹ ਸਾਰੇ ਬੰਦੇ ਵਧੀਆ ਹਨ। ਹਾਂ ਬਿਲਕੁਲ। ਮਾਲਵਾ ਬੈਲਟ ਵਧੀਆ ਜੀ, ਮਾਲਵਾ ਬੈਲਟ ਵਧੀਆ। ਹਾਂ ਜੀ ਬਿਲਕੁਲ। ਬੰਦੇ ਦਿਲ ਦੇ ਖਾਫ ਹੁੰਦੇ ਆ। ਹਾਂ ਜੀ। ਉਹ ਪਰ ਉਹਨੂੰ ਲੈ ਕੇ ਵੀ ਕੀ ਜਾਣਾ ਜੀ। ਪਰ ਜਿਵੇਂ ਲੱਛਣ ਨੇ ਛੱਡ ਕੇ ਵੀ ਨਹੀਂ ਜਾਣਾ ਹੈਗਾ। ਤੁਸੀਂ ਸਵਾਰੀਆਂ ਨਾਲ ਵੀ ਐਂ ਚੌੜ ਚੜ ਕਰ ਲੈਂਦੇ ਉੱਥੇ? ਨਹੀਂ ਮੈਂ ਤਾਂ ਹਰ ਇੱਕ ਨਾਲ ਹੀ ਬੋਲ ਚੱਲ ਪੈਂਦਾ ਜੀ। ਅੱਛਾ। ਹਾਂ ਜੀ। ਮੈਂ ਤਾਂ ਬੋਲਾ ਤੁਸੀਂ ਸੱਚ ਨਹੀਂ ਮੰਨਣਾ, ਮੇਰੇ ਨਾਲ ਜਦੋਂ ਮੈਂ ਪਟਿਆਲਾ ਮਾਨਸਾ ਚੱਲਦਾ ਸੀ 40-40 ਸਵਾਰੀਆਂ, ਕੋਈ ਸਰਕਾਰੀ ਡਾਕਟਰ ਕੋਈ ਵਕੀਲ। ਗੱਲ ਕਰ 5 ਰੁਪਈਏ ਘੱਟ ਕਰਕੇ ਤਾਂ ਨਹੀਂ ਅਗਲਾ ਆਪਣੇ ਨਾਲ ਜਾਂਦਾ ਸੀ ਪਿਆਰ ਦੇ ਮਾਰੇ ਵੀ ਆਪਾਂ ਉਹ ਬੱਸ ਚੱਲਾਂਗੇ ਯਾਰ, ਆਪਾਂ ਆਪਣੇ ਵਾਲੀ 'ਚ ਚੱਲਾਂਗੇ। ਆਪਣੇ ਵਾਲੀ ਕਹਿਣ ਲੱਗ ਗਏ, ਆਪਣੇ ਵਾਲੀ ਕਹਿਣ ਲੱਗ ਗਏ ਤੀ। ਫਰਕ ਹੁੰਦਾ ਜੀ। ਹੁਣ ਕਈ ਵਾਰੀ ਕਿਸੇ ਕੋਲ ਪੈਸੇ ਨਹੀਂ ਹੁੰਦੇ, ਕੋਈ ਪਰਸ ਘਰੇ ਭੁੱਲਿਆ ਆ ਹੈ ਨਾ ਜੀ, ਜਾਂ ਕੋਈ ਐਂ ਲੱਗਦਾ ਸੈਕਿੰਡ ਹੈਂਡ ਜਾਂ ਵੀ ਯਾਰ ਵਿਚਾਰਾ ਗਰੀਬ ਜਾ ਹੈ ਨਾ ਜੀ, ਉਹਨੂੰ ਵੀ ਦੇਖ ਕੇ ਵੀ ਚੱਲ ਯਾਰ ਕੋਈ ਗੱਲ ਨਹੀਂ ਹੈ ਨਾ ਜੀ। ਕੁਛ ਨਹੀਂ ਸੈਕਿੰਡ ਹੈਂਡ ਗਰੀਬ ਹੈ ਇਹ, ਸੈਕਿੰਡ ਹੈਂਡ ਗਰੀਬ ਕੀ। ਹਾਂ ਜੀ ਨਾ ਠੀਕ ਹੋਈ ਗੱਲ ਹੈ। ਇਹ ਕਹਿੰਦੇ ਵੀ ਕਨੈਕਟਰਾਂ ਨੂੰ ਗੱਲ ਤਾਂ ਵਾਲੀ ਹੁੰਦੀ, ਪੋਸਟ ਵਾਲਾ ਖਾਂਦੇ ਨਸ਼ਾ ਨੂੰ ਜਖਾ ਕੇ ਗੱਲਾਂ ਵਾਲੇ ਕਰਦੇ ਹਨ। ਮੈਨੂੰ ਐਂ ਦੱਸੋ ਜੀ ਖਾਣਾ ਸੌਖਾ ਕਿਤੇ? ਕਿਵੇਂ? ਸਾਰੇ ਟੱਬਰ ਦੇ ਕੱਪੜੇ ਆ ਜਾਂਦੇ ਨੇ ਜਦੋਂ ਕਿਲੋ ਲੈਣਾ ਪੈਂਦਾ ਜੀ 6000 ਰੁਪਈਏ ਦਾ। 6000 ਰੁਪਈਏ ਦਾ ਕਿਲੋ? ਕਿਹੜੇ ਦਿਨ ਕੱਢਦਾ ਬਾਈ ਹੈ? ਕਿਹੜੇ ਦਿਨ ਕੱਢਦਾ ਨਣ ਤਾਂ ਜੀ। ਹੁਣ ਤੁਸੀਂ ਆਏ ਸਾਡੇ ਕੋਲ ਤਾਂ ਘੱਟੇ ਕੱਢੂਗਾ ਜੀ ਫਿਰ, ਕਿਉਂ ਖਾਣ ਵਾਲੇ ਹੋ ਜਾਂਦੇ ਨੇ। ਜਵਾਬ ਦਿੱਤਾ ਨਹੀਂ ਜਾਂਦਾ ਜੀ। ਆਮਲੀ ਦਾ ਦਿਲ 9-11 ਦੇ ਟਰੈਟ ਦੇ ਟਾਇਰ ਜਿੱਡਾ ਦਿਲ ਹੁੰਦਾ ਜੀ ਆਮਲੀ ਦਾ। ਹਾਂ ਜੀ ਸਭ ਤੋਂ ਵੱਡਾ ਦਿਲ ਹੁੰਦਾ। ਉਹ ਕਿਵੇਂ ਬਾਈ? 15 ਦਿਨਾਂ ਬਾਅਦ ਤਾਂ ਲਿਆਉਂਦਾ ਜੀ ਉਹ। ਹਾਂ 6000 ਰੁਪਇਆ ਪਾੜ ਕੇ ਸਿੱਟੇ ਆਉਂਦਾ ਹੈ ਨਾ ਜੀ। ਜੇ ਕਿਤੇ ਘਰੇ ਦੱਸਦੇ ਵੀ ਉਹ ਮੈਂ ਇੰਨੇ ਖਾ ਗਿਆ, ਉਹਨੂੰ ਘਰੋਂ ਕੱਢ ਦੇਣੀ ਜਿੰਨਾ ਕੰਪੋਸਟ ਖਾਇਆ। ਹਾਂ ਬਾਕੀ ਦਾ ਭਾਗ ਹੁੰਦਾ ਜੀ ਕੁੜੀਆਂ ਵਾਂਗੂ, ਇਹਨਾਂ ਦਾ ਭਾਗ ਜੰਮਦਾ ਜੀ। ਅੱਛਾ। ਹਾਂ ਆਮਲੀਆਂ ਦਾ ਆਮਲੀ ਦਾ। ਹਾਂ ਜੀ ਖਾਣ ਪੀਣ ਵਾਲੇ ਦਾ ਉਹਦਾ ਅੱਡੇ ਹੁੰਦਾ ਜੀ ਭਾਗ, ਜਿਹਦੇ ਕੋਲ ਕੁੜੀਆਂ ਆਉਣਗੀਆਂ ਉਹਦਾ ਭਾਗ ਅੱਡੇ ਹੋਊਗਾ ਜੀ। ਆਹੀ ਆਮਲੀ ਦਾ ਹੁੰਦਾ ਜੀ। ਜਿਹੜੇ ਚਿੱਟੇ ਵਾਲੇ ਆ ਨਾ ਨਾ ਉਹ ਬਾਈ ਉਹ ਤੋਂ ਤਾਂ ਰੱਬ ਬਚਾਵੇ ਜੀ। ਨਾ 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 ਬਿਲਕੁਲ। ਇਹ ਤਾਂ ਮੈਂ ਤਾਂ ਕਹਿੰਦਾ ਜੀ ਪੋਸਟ ਆਮ ਕਰ ਦੇਣਾ ਛੋਟੇ ਚੈਨਲ ਤੇ। ਮੈਂ ਤੁਹਾਨੂੰ ਦੱਸ ਕਹਿ ਰਿਹਾ ਜੀ ਔਰ ਚਿੱਟੇ ਵਾਲੇ ਨੂੰ ਫਾਂਸੀ ਕਰ ਦੇਣੀ ਜੀ ਵੀ ਜੇ ਕਿਸੇ ਕੋਲੋਂ ਚਿੱਟਾ ਫੜਿਆ ਗਿਆ ਦਿਨਾਂ 'ਚ ਖਤਮ ਹੋ ਜੂਗਾ ਜੀ। ਤੁਹਾਡੇ ਏਰੀਏ ਦੇ ਮੁੱਖ ਮੰਤਰੀ? ਮੁੱਖ ਮੰਤਰੀ ਨਾ ਜੀ ਅਸੀਂ ਤਾਂ ਜੀ ਫਿਰ ਉਹਨੂੰ ਬਾਦਲ ਨੂੰ ਪਿਆਰ ਕਰਦੇ ਹਾਂ ਜੀ। ਅੱਛਾ। ਸਾਡੇ ਪਿੰਡ 'ਚੋਂ ਐਗਤੀ ਬਾਦਲ ਆ ਰਿਹਾ ਜੀ, ਘੱਟ ਵੋਟਾਂ ਨਿਕਲੀਆਂ ਨੇ। ਹਾਂ ਨਹੀਂ ਬਾਦਲ ਕਦੇ ਹਾਰਿਆ ਨਹੀਂ ਸੀ। ਸਾਡੇ ਸਾਡੇ ਐਡਾ ਐਡੇ ਫੈਨ ਨੇ, ਇੱਕ ਬੰਦੇ ਨੇ ਆਪਦਾ ਟੈਲੀਵਿਜ਼ਨ ਭੰਨਤਾ। ਕਿਵੇਂ? ਜਦੋਂ ਕਹਿੰਦੇ ਬਾਦਲ 20000 ਵੋਟ ਪਿੱਛੇ। ਹਾਂ ਉਹਨੇ ਟੈਲੀਵਿਜ਼ਨ ਤੇ ਡੰਡਾ ਮਾਰਿਆ ਵੀ ਹੁਣ ਤਾਂ ਕੀ ਵਧੂਗਾ ਗਾਂ। ਟੈਲੀਵਿਜ਼ਨ ਨੇ ਭੰਨਤਾ, ਕਹਿੰਦਾ ਮਾੜੀ ਖਬਰ ਦਿਖਾ ਰਿਹਾ ਹੈ ਹੁਣ ਤਾਂ ਕੀ ਵਧੂਗਾ ਗਾਂ। ਇੱਕ ਬੁੜੇ ਨੂੰ ਵੋਟ ਪਾਉਣ ਲੈ ਕੇ ਜੀ ਉਹਦੇ ਪੋਤੇ ਬਹੁਤ ਮੱਛਰੇ ਹੋਏ। ਚਲੋ ਅਕਾਲੀ ਦਲ ਮੰਨ ਲਓ ਮੈਂ ਅੰਦਰ ਵੋਟ ਪਾਉਣ ਗਿਆ ਤੀ, ਪੁਰ ਗਏ ਅੱਟ ਤਾਂ ਨਹੀਂ ਤੀ, ਚਲੋ ਮੈਂ ਵੀ ਖੜਿਆ। ਉਹਦੇ ਪੋਤੇ ਚੱਕੀ ਆਉਣ ਜੀ ਉਹਨੂੰ ਵੀ ਬਾਪੂ 7 ਨੰਬਰ ਤੇ ਆ ਝਾੜੂ ਝਾੜੂ। ਉਹਨੂੰ ਫੇਰ ਕਹਿੰਦਾ ਕਰਨਾ ਝਾੜੂ ਝਾੜੂ। ਉਹਨੂੰ ਲੈ ਗਏ। ਚਲੋ ਮੈਂ ਉਹਨੂੰ ਐਂ ਕਰਿਆ, ਉਹਦੇ ਨਾਲ ਵਧੀਆ ਸਹਿਚਾਰ ਤੀ ਮੇਰਾ। ਉਹਨੂੰ ਵੀ ਪਤਾ ਲੱਗਿਆ ਵੀ ਤੱਕੜੀ ਕਹਿ ਰਿਹਾ ਇਹ। ਉਹਨੂੰ ਉਹਦੇ ਮੁੰਡੇ ਬਾਹਰ ਆ ਕੇ ਪੋਤੇ ਕਹਿੰਦੇ ਬਾਪੂ ਕਿੰਨੇ ਨੰਬਰ ਤੇ ਦੀ ਆਪਣਾ ਝਾੜੂ? ਕਹਿੰਦਾ ਝਾੜੂ ਦਾ ਤਾਂ ਪਤਾ ਨਹੀਂ ਪਰ ਬਾਦਲ 3 ਨੰਬਰ ਤੇ ਹੱਸੀ ਜਾਂਦਾ ਸੀ। ਕਹਿੰਦਾ ਮੈਂ ਤਾਂ ਬਾਦਲ ਨੂੰ ਪਾਇਆ। ਬਾਦਲ ਨੂੰ ਪਾਇਆ 25% ਲੋਕਾਂ 'ਚ ਪਹਿਲਾਂ। ਹਾਲੇ ਵੀ 25% ਲੋਕ ਆਏ ਕਹਿੰਦੇ ਨੇ ਵੀ ਜਿਹੜਾ ਸਿੱਖਾਂ ਦਾ ਇਹ ਬਾਦਲ ਆਇਆ, ਜਿਹੜੇ ਹੱਥ ਪੰਜਾ ਇਹ ਬਾਣੀਆਂ ਦਾ ਜਾਂ ਪੰਡਤਾਂ ਦਾ। ਮਤਲਬ 25% ਵੋਟ ਆਈ ਝਾੜੂ ਤਾਂ ਜੀ। ਹੁਣ ਆ ਗਿਆ ਇੱਕੋ ਲਗਤਾ। ਸਾਡੇ ਪਿੰਡ 'ਚ ਕਦੇ ਨਹੀਂ ਆ ਰਹੇ ਸੀ ਅਕਾਲੀ ਦਲ। ਮਤਲਬ ਵੱਡੇ ਬਾਦਲ ਨੂੰ ਵੀ ਪਤਾ ਸੀ ਵੀ ਫਲਾਣੇ ਪਿੰਡ 'ਚ ਸਾਡੇ ਗੋਤੀ ਨੇ, ਸਾਡਾ ਗੋਤ ਵੀ ਢਿੱਲੋਂ ਆ, ਬਾਦਲ ਦਾ ਵੀ ਢਿੱਲੋਂ ਆ, ਅਸੀਂ ਤਾਂ ਗੋਤ ਕਰਕੇ ਪਾਉਣੀ ਸੀ ਇਹਨੂੰ ਵੋਟ। ਅੱਛਾ। ਹਾਂ ਜੀ ਸਾਡੇ ਸਾਰੇ ਕਿਤੇ ਝੰਡੀਆਂ ਆਮ ਆਦਮੀ ਪਾਰਟੀ ਦੇ ਲੱਗੀਆਂ ਹੋਈਆਂ। ਜਿਹੜਾ ਸਾਡੇ ਉੱਥੇ MLA ਸੀ ਉਹ ਆ ਗਿਆ ਕਿਤੇ ਕੁਦਰਤੀ, ਉਹਨੇ ਦੇਖਿਆ ਵੀ ਝੰਡੀ इक्के आ चंडिया बेटे अपन बढ़ाए थी भी कोई डर पौती के थे अपन कड़ा कोई भलाई करनी थी भी अपन हो करूँगा। चलो एक बंदा मैं तो पेग पूग भी ला जाता थी तो सवेरे पानी तानी भी पी जाता थी। मैं उन्होंने आख्या मैं बोर्ड चाहे जिन्होंने मर्जी पार दी मेरे कहे तो तू चंडी बादल दी ला ला कोई जोड़ा साढ़े सरपंच थी मुंडा NRI थी बहुत वधिया मुंडा वो कहना यार तू तेरे कहे तो वह भी नहीं रुक सकता है जो उन्हें ना मोनी गल उदो मुड़ के आपा ने भी नहीं मूह लाया जी। मैं चल जो नहीं मैं बाबू संघ दर्शन कर दो यार संघ तो दर्शन किसी पिंड च आ गया जी ना तो अपने पिंड का कानून लाना है ना दंगे वाला काम हो जाऊगा जी। उत्ते सरपंच नूं कहदे भी मंगो भी की मंगदे हो खुश होके कहना जी भांडिया की बेल दे दो भांडिया की बेल। अच्छा गुरुद्वारे च नहीं भांडे थाल कौली कहते वो कहना बड़ा कुछ मंग लो खुश होके कहने ना जी भांडे की बेल घटा सरपंच भी गा मंगने वाला होना चाहिए जी हर एक दे बाद दा कम नहीं है ना पर निर्मता बड़े बादल च नहीं किसी च हो सकती निर्मता पक्षों बड़ा नरम सुभा थी ऐसा लीडर ना तो जमया ना जमना ही ऐस नहीं हूँ संगरूर वाले पिछले मान साहब जिताया कि सिमरनजीत मान जिताता उदो संगरूर के लिए तो फिर चढ़ाई पूरी भगवंत मान भी है नहीं सिमरजीत मान का जितने का कारण दीप सिद्धू हो गया जी। ठीक है दीप सिद्धू हो गया मूसेवाला साहब बाई हो गया ये चक के ले गए बाकी हमदर्दी भी होगी लोगों च अगला कहना यार दो जोधे मर गए इन्होंने करके आ गल करके आ सरकार आने तो बाद क्या फर्क पाई हुई कहता जी बदलाव आना है बदलाव बदलूता केड़े ने बस थोनू पता ही है जी हूँ आप छोटे चैनल ते कानू आना ही थोनू पता ही है जी बदलाव तो केड़ा गई नशा तो उदू ज्यादा बढ़ गया जी। अच्छा हाँ जी बिल्कुल ये कहते मुक्या जवा ना जी मुक्या कितने जी छोटे छोटे जवाक चकते ने पट्टे जी। अच्छा हाँ जी हाँ बिल्कुल जी बहुत बड़ा काम ही हो चला है बिल्कुल जी बिल्कुल बिल्कुल हो ठीक हो हाँ जी ओके जी धन्यवाद बाई जी तुसीं आए ओके जी ओके धन्यवाद बाई ने गलबात की लक्खी नाल तो भाई लक्खी का वधिया सुभाव आ गया वधिया तुसीं गल्लां बातां सुनिया उम्मीद है तुहानूं ये पॉडकास्ट पसंद आएगा। भाई बहुत दूर तो साडे कोल चल के आया भाई दा जी मुड़ तो धन्नवाद करदे आं भाई नूं नेरा भी हो जाना घरे पहुंचदे नूं नहीं कोई उम्मीद है तुहानूं ये पॉडकास्ट पसंद आया होर किस तरीके के पॉडकास्ट लई जुड़े रहो लोक अवाज़ TV दे नाल।